ਹਜ ਪਿਓ ਰੋਂਦਾ ਰਹਿ ਗਿਆ ਵੇ, ਹਜ ਬੀਵੀ ਦੇ ਕਮਰੇ ਚੋਂ ਬੰਨੇ ਨਹੀਂ ਆਇਆ, ਹਜ ਬੱਚਿਆਂ ਦੇ ਕਮਰੇ ਚੋਂ ਬੰਨੇ ਨਹੀਂ ਆਇਆ। ਆਂਦਾ ਕੀ ਕਰਾਂ ਜੀ ਅੱਬਾ ਪਿਆ ਰੋਂਦਾ ਏ, ਹੈ ਚੱਲਿਆ ਸਾਰੀ ਜ਼ਿੰਦਗੀ ਤੈਨੂੰ ਸੀਨੇ ਲਾਈ ਰੱਖਿਆ ਏ, ਸਾਰੀ ਜ਼ਿੰਦਗੀ ਇਹਨੇ ਤੈਨੂੰ ਮੁਸ਼ਕਲ ਨਹੀਂ ਆਉਣ ਦਿੱਤੀ, ਸਾਰੀ ਜ਼ਿੰਦਗੀ ਇਹਨੇ ਤੈਨੂੰ ਟੈਨਸ਼ਨ ਨਹੀਂ ਆਉਣ ਦਿੱਤੀ। ਹਜ ਬਾਪ ਰੋਇਆ ਤੇਰੇ ਸੀਨੇ 'ਤੇ ਅਸਰ ਕੋਈ ਨਹੀਂ, ਹਜ ਸਾਰੀ ਰਾਤ ਹਵੇਲੀ ਬਹਿ ਕੇ ਰੋਂਦਾ ਰਿਹਾ ਏ। ਆਂਦਾ ਮੌਲਾ ਮੇਰੇ ਜੰਮੇ ਹੋ ਕੇ ਮੇਰੇ ਖਿਲਾਫ ਹੋ ਗਏ ਨੇ, ਹਜ ਮੇਰੇ ਪੁੱਤਰ ਹੋ ਕੇ ਮੇਰੇ ਖਿਲਾਫ ਹੋ ਗਏ ਨੇ। ਹੈ ਦੁਨੀ ਚੰਦ ਦੇ ਨੌਜਵਾਨਾਂ, ਸਾਰੀ ਦੁਨੀਆ ਰੁੱਸਦੀ ਏ ਰੁੱਸ ਜਾਏ, ਆਪਣੇ ਪਿਓ ਨੂੰ ਨਾਰਾਜ਼ ਨਾ ਕਰ ਜਾਵੀਂ, ਆਪਣੇ ਬਾਪ ਨੂੰ ਦੁਖੀ ਨਾ ਕਰ ਜਾਵੀਂ। ਇਸੇ ਵਾਸਤੇ ਸੁਲਤਾਨੀ ਕਹਿ ਰਿਹਾ ਏ, ਹੈ ਜਿੰਨੇ ਮਾਂ ਨੂੰ ਸਤਾਇਆ ਹੈ ਦਿਲ ਪਿਓ ਦਾ ਦੁਖਾਇਆ। ਐ ਬੜੇ ਬੜੇ ਪਿਓ ਦੁਖੀ ਮੈਨੂੰ ਫੋਨ ਕਰਦੇ ਨੇ। ਅਗਲੇ ਦਿਨ ਬਾਬਾ ਇੱਕ ਬਾਬੇ ਦਾ ਫੋਨ ਆਇਆ, ਆਂਦਾ ਸੁਲਤਾਨੀ ਤੇਰੀਆਂ ਤਕਰੀਰਾਂ ਸੁਣ ਕੇ ਸਾਰੀ ਰਾਤ ਰੋਣਾ ਵਾਂ। ਮੈਂ ਕਿਹਾ ਬਾਬਾ ਕੀ ਬਣ ਗਈ ਆ? ਹਾਂਜਾ ਮੇਰੇ ਪੰਜ ਪੁੱਤਰ ਨੇ, ਹਜ ਮੈਨੂੰ ਪੁੱਛਦਾ ਕੋਈ ਨਹੀਂ, ਹਜ ਬਾਪ ਨੂੰ ਸੀਨੇ ਲਾਉਂਦਾ ਕੋਈ ਨਹੀਂ, ਹਜ ਬਾਪ ਦਾ ਖਰਚਾ ਪੁੱਛਦਾ ਕੋਈ ਨਹੀਂ, ਹਜ ਬਾਪ ਦੇ ਹਾਲ ਪੁੱਛਦਾ ਕੋਈ ਨਹੀਂ। ਤਾਈਓ ਤੇ ਸੁਲਤਾਨੀ ਕਹਿ ਰਿਹਾ ਏ, ਹੈ ਜਿੰਨੇ ਮਾਂ ਨੂੰ ਸਤਾਇਆ ਹੈ ਦਿਲ ਪਿਓ ਦਾ ਦੁਖਾਇਆ, ਇਹਨਾਂ ਦੋਵਾਂ ਨੂੰ ਰੁਲਾਇਆ ਉਹਨੇ ਅਰਸ਼ ਹਿਲਾਇਆ, ਇਹਨਾਂ ਦੋਵਾਂ ਨੂੰ ਰੁਲਾਇਆ। ਮਲਕ ਸਾਹਿਬ ਵੇਖਿਆ ਜੇ, ਇਹਨਾਂ ਦੋਵਾਂ ਨੂੰ ਰੁਲਾਇਆ ਉਹਨੇ ਅਰਸ਼ ਹਿਲਾਇਆ, ਫਾੜੀ ਖੋਲ ਕੇ ਗੌਰਾਨ ਆਏ ਹਾਏ, ਫਾੜੀ ਖੋਲ ਕੇ ਗੌਰਾਨ ਰੱਬੀ ਰਹਿਮ ਹਮਾ। ਸੁਣੋ ਕੁਰਾਨ ਸੁਣਿਆ ਜੇ, ਰੱਬੀ ਰਹਿਮ ਹਮਾ ਕਮਾ ਰੱਬਾ ਯਾਨੀ ਸਗੀਰਾ, ਫਾੜੀ ਖੋਲ ਕੇ ਗੌਰਾਨ ਹਾਫਜ਼ ਸਾਹਿਬ, ਫਾੜੀ ਖੋਲ ਕੇ ਗੌਰਾਨ ਕਹਿੰਦਾ ਰੱਬ ਰਹਿਮਾਨ, ਰੱਬਾ ਨਗ ਫਿਰਲੀ ਵਾਲੀ ਵਾਲੀ ਦਈਆ। ਅੱਜ ਸਾਰਾ ਪਿੰਡ ਆਇਆ ਵੇ, ਅੱਜ ਰਿਸ਼ਤੇਦਾਰ ਵੀ ਆਏ ਨੇ, ਅੱਜ ਤੁਹਾਡੇ ਚਾਚੇ ਵੀ ਬੈਠੇ ਆਉਣੇ ਨੇ, ਅੱਜ ਤੁਹਾਡੇ ਤਾਏ ਵੀ ਬੈਠੇ ਆਉਣੇ ਨੇ, ਅੱਜ ਤੁਹਾਡੀ ਬਰਾਦਰੀ ਵੀ ਬੈਠੀ ਆਉਣੀ ਏ। ਇਹ ਹੱਥ ਬੰਨ ਕੇ ਸੁਲਤਾਨੀ ਪਿਆਦਾ ਰੇ, ਆਪਣੇ ਅੱਬੇ ਦੀ ਦਾੜੀ ਚੁੰਮ ਲਿਆ ਰੇ, ਆਪਣੇ ਬਾਪ ਦੇ ਪੈਰ ਚੁੰਮ ਲਿਆ ਰੇ, ਆਪਣੇ ਬਾਪ ਦੇ ਹੱਥ ਚੁੰਮ ਲਿਆ ਰੇ। ਮਲਕ ਸਾਹਿਬ ਕੈਮਰਾ ਲੱਗਾ ਏ, ਸਾਰੀ ਦੁਨੀਆ ਵੀ ਸੁਣਦੀ ਏ, ਪਾੜੇ ਖੋਲ ਕੇ ਗੌਰਾਨ ਆਏ ਹਾਏ, ਪਾੜੇ ਖੋਲ ਇੱਧਰ ਵੇਖਿਓ, ਪਾੜੇ ਖੋਲ ਕੇ ਗੌਰਾਨ ਕਹਿੰਦਾ ਰੱਬ ਰਹਿਮਾਨ, ਪਾੜੇ ਖੋਲ ਕੇ ਗੌਰਾਨ ਕਹਿੰਦਾ ਰੱਬ ਰਹਿਮਾਨ, ਪਾੜੇ ਖੋਲ ਕੇ ਗੌਰਾਨ ਕਹਿੰਦਾ ਰੱਬ ਰਹਿਮਾਨ, ਫਰਮਾਨ ਵੱਖਰਾ ਸ਼ਾਨ ਸਭ ਦੀ ਏ ਯਾਰੋ ਆਪੋ ਆਪਣੀ ਤੇ ਮਾਪਿਆਂ ਦਾ। ਇੱਕ ਵਾਰੀ ਹੱਥ ਬੁਲੰਦ ਕਰਨਾ ਜੀ ਯਾਰ ਮਾਂ ਪਿਓ ਦੇ ਨਾਂ ਤੇ। ਮਾਪਿਆਂ ਦਾ ਸ਼ਾਨ ਵੱਖਰਾ ਵੱਖਰਾ, ਮਾਪਿਆਂ ਦਾ ਸ਼ਾਨ ਵੱਖਰਾ। ਹੋਏ ਮਲਕ ਮਨਜ਼ੂਰ ਦਿਓ ਪੁੱਤਰੋ, ਹੋਏ ਬਜ਼ੁਰਗੀ ਦੀ ਹਾਲਤ ਵਿੱਚ ਬਾਪ ਟੁਰ ਗਿਆ ਰੇ, ਜਿਹਨੇ ਪਿਓ ਨੂੰ ਸਾਂਭਿਆ ਆਉਣਾ ਵੇ, ਜਿਹਨੇ ਬਾਪ ਦੀਆਂ ਖਿਦਮਤਾਂ ਕੀਤੀਆਂ ਆਉਣੀਆਂ ਨੇ, ਅੱਜ ਬਾਪ ਦੀਆਂ ਦੁਆਵਾਂ ਹੀ ਉਹਨੂੰ ਲੱਗ ਜਾਣੀਆਂ ਨੇ। ਆਜ਼ਮ ਸਾਹਿਬ ਅੱਜ ਪਿਓ ਦੀਆਂ ਦੁਆਵਾਂ ਕੰਮ ਕਰ ਜਾਣਾ ਰੇ। ਇਹ ਮਲਕ ਮਨਜ਼ੂਰ ਸਾਰੀ ਜ਼ਿੰਦਗੀ ਪਿੰਡ ਗੁਜ਼ਾਰ ਕੇ ਟੁਰ ਗਿਆ ਏ,
ਬੜੀਆਂ ਮਿਹਨਤਾਂ ਕੀਤੀਆਂ ਆਉਣੀਆਂ ਨੇ, ਬੜੀਆਂ ਮੁਸ਼ਕਿਲਾਂ ਬਰਦਾਸ਼ਤ ਕੀਤੀਆਂ ਆਉਣੀਆਂ ਨੇ। ਬਾਬਾ ਜੀ ਇੱਕ ਪੁੱਤਰ ਪਾਲਣਾ ਔਖਾ ਆਉਂਦਾ ਜੇ, ਹੈ ਜਿੰਨੇ ਚਾਰ ਪਾਲੇ ਨੇ, ਜਿੰਨੇ ਚਵਾਂ ਦੀਆਂ ਸ਼ਾਦੀਆਂ ਕੀਤੀਆਂ ਨੇ, ਜਿੰਨੇ ਚਵਾਂ ਦੇ ਮਕਾਨ ਬਣਾਏ ਆਉਣੇ ਨੇ। ਅੱਜ ਬਾਪ ਕਬਰਸਤਾਨ ਆ ਗਿਆ ਹੈ, ਅੱਜ ਪੋਤਰੇ ਵੀ ਰੋਂਦੇ ਪਏ ਨੇ। ਹੱਲਾ ਨੌਜਵਾਨਾਂ ਤੇਰਾ ਰੋਣਾ ਕਬੂਲ ਕਰੇ, ਜ਼ਰਾ ਬੱਚੇ ਨੂੰ ਤਸੱਲੀ ਦਿਆ ਰੇ। ਅੱਜ ਪੋਤਰੇ ਵੀ ਰੋਂਦੇ ਨੇ, ਅੱਜ ਭਤੀਜੇ ਵੀ ਰੋਂਦੇ ਨੇ, ਅੱਜ ਦਾਦਾ ਆਉਂਦਾ ਤੇ ਬੜੀਆਂ ਰੌਣਕਾਂ ਆਉਂਦੀਆਂ। ਹੱਲਾ ਦੀ ਕਸਮ ਤੂੰ ਨੀ ਚੰਦ ਵਾਲਿਆ, ਸਦਾ ਇਹਨਾਂ ਤੇਰੇ ਵਿਹੜੇ ਨਹੀਂ ਰਹਿਣਾ, ਸਦਾ ਇਹਨਾਂ ਦੀਆਂ ਖੁਸ਼ਬੂਆਂ ਤੇਰੇ ਵਿਹੜੇ ਨਹੀਂ ਰਹਿਣੀਆਂ, ਸਦਾ ਇਹਨਾਂ ਦੇ ਮਾਲ ਤੇਰੇ ਕੋਲ ਨਹੀਂ ਰਹਿਣੇ। ਹੈ ਮੰਜੀਆਂ ਵੇਖ ਵੇਖ ਰੋਵੇਂਗਾ, ਹੈ ਰੋਣ ਵਾਲਿਓ ਅੱਲਾ ਤੁਹਾਡੇ ਅਥਰੋ ਕਬੂਲ ਕਰੇ। ਮਲਕ ਆਜ਼ਮ ਤੇਰੇ ਬੰਦਿਆਂ ਦੇ ਅਥਰੋ ਆ ਗਏ, ਸਦਾ ਇਹਨਾਂ ਤੇਰੀ ਰੌਣਕ ਨਹੀਂ ਬਣਨੀ, ਸਦਾ ਤੇਰੀਆਂ ਸ਼ਾਦੀਆਂ ਵਿੱਚ ਸ਼ਾਮਿਲ ਨਹੀਂ ਆਉਣਗੇ, ਸਦਾ ਤੇਰੀਆਂ ਈਦਾਂ ਵਿੱਚ ਸ਼ਾਮਿਲ ਨਹੀਂ ਆਉਣਗੇ, ਸਦਾ ਤੇਰੇ ਫੰਕਸ਼ਨਾਂ ਵਿੱਚ ਪਿਓ ਨਹੀਂ ਆਏਗਾ, ਸਦਾ ਤੇਰੇ ਵਿਹੜੇ ਹੈ ਰੋਣ ਵਾਲਿਆ ਅੱਲਾ ਤੇਰੇ ਅਥਰੋ ਕਬੂਲ ਕਰੇ। ਤੇਰੇ ਪੁੱਤਰਾਂ ਦੀਆਂ ਸ਼ਾਦੀਆਂ ਆਉਣੀਆਂ ਨੇ, ਦਾਦਾ ਨਹੀਂ ਆਏਗਾ। ਤੇਰੇ ਪੁੱਤਰਾਂ ਦੀਆਂ ਸ਼ਾਦੀਆਂ ਆਉਣੀਆਂ ਨੇ, ਦਾਦੀ ਨਹੀਂ ਆਏਗੀ। ਹੈ ਚੱਲਿਆ ਇਹ ਖੁਸ਼ਬੋਜ ਇਹਨਾਂ ਨੂੰ ਸੀਨੇ ਲਾ ਲਿਆ ਰੇ। ਜਦੋਂ ਬਾਪ ਦਾ ਜਨਾਜ਼ਾ ਉੱਠਦਾ ਏ ਸਜਣਾ, ਲੋਕੀ ਯਤੀਮ ਕਹਿੰਦੇ ਨੇ, ਸਜਣਾ ਲੋਕੀ ਧੱਕੇ ਮਾਰਦੇ ਨੇ। ਮੈਂ ਯਤੀਮਾਂ ਨੂੰ ਗਲੀਆਂ ਵਿੱਚ ਰੁਲਦਿਆਂ ਵੇਖਿਆ ਏ। ਮਲਕ ਸਾਹਿਬ ਟਾਈਮ ਥੋੜ੍ਹਾ ਜੇ। ਮੈਂ ਯਤੀਮਾਂ ਨੂੰ ਦੁਖੀ ਆਉਂਦਿਆਂ ਵੇਖਿਆ ਏ। ਹੈ ਸੱਕੇ ਚਾਚੇ ਵੀ ਬੂਵੇ ਬੰਦ ਕਰ ਲੈਂਦੇ ਨੇ, ਸੱਕੇ ਮਾਮੇ ਵੀ ਦਰਵਾਜ਼ੇ ਬੰਦ ਕਰ ਲੈਂਦੇ ਨੇ। ਹੈ ਯਤੀਮਾਂ ਦੇ ਵਿਹੜੇ ਕੋਈ ਨਹੀਂ ਆਉਂਦਾ, ਹੈ ਯਤੀਮਾਂ ਦੇ ਹਾਲ ਕੋਈ ਨਹੀਂ ਪੁੱਛਦਾ, ਹੈ ਯਤੀਮਾਂ ਨਾਲ ਰਿਸ਼ਤੇਦਾਰੀ ਕੋਈ ਨਹੀਂ ਕਰਦਾ। ਹੈ ਇਹਨਾਂ ਯਤੀਮਾਂ ਭਤੀਜੀਆਂ ਨੂੰ ਪੁੱਛਿਆ ਰੇ, ਇੱਧਰ ਬਾਬਾ ਜੁਮਲੇ ਸੁਣਿਆ ਰੇ, ਜਿਹੜੀਆਂ ਈਦ ਵਾਲੇ ਦਿਨ ਬਾਪ ਦੀ ਕਬਰ ਤੇ ਜਾ ਕੇ, ਮਲਕ ਸਾਹਿਬ ਮੇਰੇ ਵੱਲ ਵੇਖੀ, ਜਿਹੜਾ ਬਾਪ ਦੀ ਕਬਰ ਤੇ ਜਾ ਕੇ ਹਾਜੀ ਚਾਰੇ ਪਰਾ ਖਤਮ ਤੋਂ ਬਾਅਦ ਜਾਇਆ ਰੇ, ਆਖਿਆ ਜੇ ਅੱਬੂ ਜੀ ਮਾਫੀ ਦੇ ਦਿਆ ਰੇ, ਅਸੀਂ ਉਹ ਜੀ ਖਿਦਮਤਾਂ ਨਹੀਂ ਜੇ ਕਰ ਸਕੇ। ਅੱਬੂ ਜੀ ਵਿਹੜਾ ਸਾਡਾ ਲੁੱਟ ਗਏ ਹੋ, ਅੱਬੂ ਜੀ ਬਹਾਰਾਂ ਨਾਲ ਲੈ ਗਏ ਹੋ, ਅੱਬੂ ਜੀ ਵੱਡਾ ਭਾ ਵੀ ਰੋਂਦਾ ਪਿਆ ਰੇ, ਅੱਬੂ ਜੀ ਛੋਟਾ ਵੀਰ ਵੀ ਰੋਂਦਾ ਪਿਆ ਏ। ਹੈ ਤੁਨੀ ਚੰਦ ਵਾਲਿਓ ਸਾਰੇ ਵੀਰ ਪੇ ਰੋਂਦੇ ਨੇ, ਰੋ ਰੋ ਕੇ ਆਉਂਦੇ ਨੇ। ਹਮ ਰਹਿ ਗਏ ਹੈ ਤਨਹਾ ਬਾਬਾ, ਇੱਧਰ ਵੇਖੋ ਯਾਰ, ਹਮ ਰਹਿ ਗਏ ਹੈ ਤਨਹਾ ਬਾਬਾ। ਹੈ ਮਲਕ ਆਜ਼ਮ ਵੀ ਰੋ ਰਿਹਾ ਸਾਹਮਣੇ, ਆ ਵੱਡਾ ਵੀਰ ਵੀ ਰੋਂਦਾ ਪਿਆ ਏ। ਬਾਬਾ ਪੁੱਤਰਾਂ ਵਾਲਾ ਬੈਠਾ ਹੋਇਆ ਅਜੇ ਵੀ ਅੱਬੇ ਦੀ ਯਾਦ ਵਿੱਚ ਪਿਆ ਰੋਂਦਾ ਏ। ਹੈ ਇਹਨੂੰ ਪਤਾ ਮੇਰਾ ਬਚਪਨ ਕਿਵੇਂ ਗੁਜ਼ਰਿਆ ਏ, ਹੋਏ ਮੇਰਾ ਅੱਬਾ ਮੈਨੂੰ ਕਿਵੇਂ ਚੁੱਕ ਕੇ ਖਡਾਉਂਦਾ ਰਿਹਾ ਏ, ਹੋਏ ਮੇਰਾ ਬਾਪ ਮੈਨੂੰ ਮੁੰਡਿਆਂ 'ਤੇ ਚੁੱਕਦਾ ਰਿਹਾ ਏ। ਹਮ ਰਹਿ ਗਏ ਹੈ ਤਨਹਾ ਬਾਬਾ, ਅੱਜ ਦੇ ਦਿਲ ਵਿੱਚ ਦਰਦ ਉਹ ਹੀ ਰੋਵੇਗਾ। ਹਮ ਰਹਿ ਗਏ ਹੈ ਤਨਹਾ ਬਾਬਾ, ਇੱਧਰ ਵੇਖਿਓ ਮਲਕ ਸਾਹਿਬ, ਹਮ ਰਹਿ ਗਏ ਹੈ ਤਨਹਾ ਬਾਬਾ, ਇੱਕ ਵਾਰ ਤੂੰ ਲੋਟ ਗਿਆ ਬਾਬਾ। ਹੋਏ ਜਿਹੜੇ ਛੋਟੀਆਂ ਛੋਟੀਆਂ ਯਤੀਮ ਹੋ ਗਏ ਨੇ, ਉਹਨਾਂ ਨੂੰ ਪੁੱਛੋ ਵੀ ਉਹਦੀ ਕਦਰ ਕੀ ਆਉਂਦੀ ਏ। ਹੋਏ ਮਾਵਾਂ ਸਾਂਭਦੀਆਂ ਰਹਿ ਗਈਆਂ ਨੇ, ਆਉਂਦੀਆਂ ਨੇ ਪੁੱਤਰੋ ਰੋਇਓ ਨਾ, ਤੁਹਾਡਾ ਬਾਪ ਟੁਰ ਗਿਆ ਜੇ, ਤੁਹਾਡਾ ਬਾਪ ਛੱਡ ਗਿਆ ਜੇ। ਹਮ ਰਹਿ ਗਏ ਹੈ ਤਨਹਾ ਬਾਬਾ,
ਐ ਸੂਫੀ ਸਾਹਿਬ ਬੈਠੇ ਹੋਏ ਨੇ, ਪੁੱਛੋ ਇਹਨਾਂ ਨੂੰ ਕਿਤੇ ਪਿੱਛੇ ਪੇ ਦੌੜ ਲਾਉਂਦੇ ਹੋ? ਬੜੇ ਬੜੇ ਪਿੰਡਾਂ 'ਚ ਗਏ ਹੋ, ਪੁੱਤਰਾਂ ਪਿੱਛੇ ਦੌੜਾਂ ਲੱਗੀਆਂ ਹੋਈਆਂ ਨੇ, ਔਲਾਦਾਂ ਪਿੱਛੇ ਬਾਪ ਰੁੱਲ ਗਏ ਨੇ, ਔਲਾਦਾਂ ਪਿੱਛੇ ਸਾਊਦੀਆ ਪਿਆ ਰੁੱਲਦਾ ਏ, ਹੋਏ ਰਾਤ ਦੀ ਰੋਟੀ ਸੁਬਾਹ ਪਿਆ ਖਾਂਦਾ ਜੇ, ਹੋਏ ਥੋੜ੍ਹੇ ਥੋੜ੍ਹੇ ਰਿਆਲ ਜਮ੍ਹਾਂ ਪਿਆ ਕਰਦਾ ਏ, ਆਂਦਾ ਮੇਰੇ ਬੱਚਿਆਂ ਦੇ ਕੰਮ ਆਉਣੇ, ਹੈ ਮੇਰੇ ਪੁੱਤਰਾਂ ਦੇ ਕੰਮ ਆਉਣਗੇ, ਹੈ ਦੁਨੀ ਚੰਦ ਦੀ ਉਹ ਮਲਕੋ ਜੁਮਲੇ ਸੁਣਿਆ ਨੇ, ਹਮ ਰਹਿ ਗਏ ਹੈ ਤਨਹਾ ਬਾਬਾ ਇੱਕ ਵਾਰ ਤੋਂ ਲੌਟ ਗਿਆ ਬਾਬਾ ਇੱਕ ਵਾਰ ਤੋਂ ਲੌਟ ਗਿਆ ਹਜ਼ਰਾਤ ਜੀ ਵਕਾਰ ਅੱਜ ਦੀ ਇਹ ਮਹਿਫਲ ਪਾਕ ਦਸਵੇਂ ਸ਼ਰੀਫ ਦਾ ਖਤਮੇ ਪਾ ਕੇ ਮਲਕ ਮਨਜ਼ੂਰ ਹੁਸੈਨ ਮਰਹੂਮ ਉਹਨਾਂ ਦਾ ਖਤਮੇ ਪਾ ਕੇ ਉਹਨਾਂ ਦੇ ਵੱਡੇ ਸਾਹਿਬਜ਼ਾਦੇ ਮਲਕ ਸਰਵਰ ਸਾਹਿਬ, ਛੋਟੇ ਸਾਹਿਬਜ਼ਾਦੇ ਮਲਕ ਨਾਸਰ ਸਾਹਿਬ, ਉਸ ਤੋਂ ਛੋਟੇ ਮਲਕ ਆਸਫ ਸਾਹਿਬ, ਉਸ ਤੋਂ ਛੋਟੇ ਮਲਕ ਆਜ਼ਮ ਸਾਹਿਬ ਔਰ ਉਹਨਾਂ ਦੇ ਭਤੀਜੇ ਮਲਕ ਫੈਸਲ ਸਾਹਿਬ, ਉਹਨਾਂ ਦੇ ਪੋਤਰੇ ਵੀ ਮੌਜੂਦ ਨੇ ਮਲਕ ਹਸਨੈਨ ਸਾਹਿਬ, ਇਹਨਾਂ ਸਾਰਿਆਂ ਨੇ ਅੱਜ ਉਸ ਮਰਹੂਮ ਮਗਫੂਰ ਵਾਸਤੇ ਸਾਰੀ ਬਜ਼ਮ ਨੂੰ ਸਜਾਇਆ। ਸਟੇਜ ਦੀ ਜ਼ੀਨਤ ਆਪ ਦੀ ਮਸਜਿਦ ਦੇ ਇਮਾਮ ਸਾਹਿਬ ਜਨਾਬ ਮੋਹਤਮੁਲ ਮਕਾਮ ਜਨਾਬ ਹਜ਼ਰਤ ਅਲਾਮਾ ਹਾਫਿਜ਼ ਲਿਆਕਤ ਸ਼ਾਕਿਰ ਸਾਹਿਬ ਆਪ ਵੀ ਤਸ਼ਰੀਫ ਫਰਮਾ ਨੇ। ਅੱਲਾ ਪਾਕ ਆਪ ਦੇ ਇਲਮ ਅਲਮਲ ਅੰਦਰ ਵੀ ਮਜ਼ੀਦ ਬਰਕਤਾਂ ਅਤਾ ਫਰਮਾਏ। ਇਨਸ਼ਾਅੱਲਾ 1 ਵਜੇ ਦੁਆ ਦਾ ਟਾਈਮ ਹੈ, ਅਜ਼ਾਨ ਤੋਂ 15-20 ਮਿੰਟ ਪਹਿਲੇ ਹੀ ਅਸੀਂ ਦੁਆ ਮੰਗ ਲੈਣੀ ਕਿਉਂਕਿ ਫਿਰ ਨਮਾਜ਼ ਦਾ ਵੀ ਟਾਈਮ ਹੋ ਜਾਣਾ ਅਤੇ ਜ਼ੋਹਰ ਤੋਂ ਬਾਅਦ ਸਿਆਲਕੋਟ ਮੈਂ ਪਹੁੰਚਣਾ, ਉੱਥੇ ਵੀ ਖਤਮ ਹੈ। ਅੱਲਾ ਪਾਕ ਮੇਰਾ ਪੜ੍ਹਨਾ ਤੁਹਾਡਾ ਸੁਣਨਾ ਆਪਣੀ ਬਾਗ ਬਾਰਗਾਹ ਦੇ ਅੰਦਰ ਕਬੂਲ ਫਰਮਾਏ। ਇਹ ਸੋਹਣੀ ਰੌਣਕ ਲੱਗੀ ਹੈ, ਤੂੰ ਨਿਚਾਂਦਾ ਲਿਓ ਅੱਲਾ ਤੁਹਾਡਾ ਆਉਣਾ ਮਿਲ ਬੈਠਣਾ ਆਪਣੀ ਬਾਗ ਬਾਰਗਾਹ ਦੇ ਅੰਦਰ ਕਬੂਲ ਫਰਮਾਏ। ਇਹ ਮਲਕ ਆਜ਼ਮ ਸਾਹਿਬ ਦੀ ਮੁਹੱਬਤ ਹੈ, ਟਾਈਮ ਵੀ ਕੋਈ ਨਹੀਂ ਸੀ, ਮਸਰੂਫੀਅਤ ਵੀ ਸੀ ਅਤੇ ਇਹ ਬੜੀ ਮੁਹੱਬਤ ਕਰਦੇ ਨੇ, ਕਿਹਾ ਜੀ ਤੁਸੀਂ ਪਹੁੰਚਣਾ ਅਤੇ ਕਿਬਲਾ ਨੂੰ ਪਤਾ ਤਾਂ ਮੈਂ ਇਨਕਾਰ ਨਹੀਂ ਕਰ ਸਕਿਆ, ਉੱਥੇ ਫਿਰ ਕਿਸੇ ਹੋਰ ਬੰਦੇ ਨੂੰ ਭੇਜਿਆ ਅਤੇ ਫਿਰ ਤੁਹਾਡੀ ਜ਼ਿਆਰਤ ਵਾਸਤੇ ਇੱਥੇ ਪਹੁੰਚਿਆ। ਅੱਲਾ ਕਰੀਮ ਸਭ ਦਾ ਬੈਠਣਾ, ਦੁਆ ਕਰਨਾ, ਦੁਆ ਸੁਣਨਾ ਆਪਣੀ ਪਾਕ ਬਾਰਗਾਹ ਦੇ ਅੰਦਰ ਕਬੂਲ ਫਰਮਾਏ। ਵੈਦਾਨ ਸਾਊਂਡ ਸਿਸਟਮ ਸਿਆਲਕੋਟ ਤੋਂ ਪੂਰੇ ਨੈੱਟਵਰਕ ਦੇ ਨਾਲ ਮੌਜੂਦ ਹੈ, 3 ਕੈਮਰੇ ਲੱਗੇ ਨੇ, 1 ਮੋਬਾਈਲ ਲੱਗਿਆ। ਇਹ ਸੁਬਹ ਤੋਂ ਨਿਜੰਦ ਪੂਰੇ ਪਾਕਿਸਤਾਨ 'ਤੇ ਚੱਲ ਜਾਣੇ ਪ੍ਰੋਗਰਾਮ ਕਿ ਉੱਥੇ ਜਿਹੜਾ ਪ੍ਰੋਗਰਾਮ ਹੋਇਆ ਸੀ। ਅੱਲਾ ਪਾਕ ਮੈਂ ਕਹਿੰਦਾ ਵਾਂ ਕਿ ਇੰਝ ਦਾ ਪ੍ਰੋਗਰਾਮ ਹੋਵੇ ਕਿ ਜਿੱਥੇ ਬਹਿ ਕੇ ਵੀ ਕੋਈ ਸੁਣੇ ਨਾ, ਸਾਊਦੀ ਅੰਦਰ, ਮਸਕਤ ਅੰਦਰ, ਦੁਬਈ ਅੰਦਰ, ਯੂਰਪ ਅੰਦਰ, ਕਿਤੇ ਵੀ ਸੁਣੇ ਅਤੇ ਉਹਦਾ ਵੀ ਦਿਲ ਕਰੇ ਵੀ ਮੈਂ ਵੀ ਮਾਂ ਪਿਓ ਦੀ ਖਿਦਮਤ ਕਰਨੀ ਹੈ, ਵਾਲਦੈਨ ਦੀ ਸੇਵਾ ਕਰਨੀ ਹੈ। ਬਾਬਾ ਜੀ ਕਈ ਵਾਰੀ ਬੰਦੇ ਨੂੰ ਮਸਲੇ ਦਾ ਨਹੀਂ ਪਤਾ ਹੁੰਦਾ, ਜਿਵੇਂ ਕਿਬਲਾ ਫਰਮਾ ਰਹੇ ਸਨ, ਮੈਂ ਤਾਂ ਇੱਕ ਛੋਟਾ ਜਿਹਾ ਮੌਲਵੀ ਹਾਂ, ਗੁਨਾਹਗਾਰ ਜਾਂ ਤਾਲਬ ਇਲਮ ਜਾਂ ਬੰਦਾ, ਕੋਈ ਐਡਾ ਮੇਰੇ ਕੋਲ ਇਲਮ ਕੋਈ ਨਹੀਂ, ਕੋਈ ਐਡੀ ਸ਼ਊਰ ਅਕਲ ਕੋਈ ਨਹੀਂ, ਅਤੇ ਕਈ ਵਾਰੀ ਐਸਾ ਹੁੰਦਾ ਕਿ ਜਿਸ ਚੀਜ਼ ਦਾ ਬੰਦੇ ਨੂੰ ਪਤਾ ਨਹੀਂ ਹੁੰਦਾ, ਕੋਈ ਨਵਾਂ ਮੌਲਵੀ ਆਉਂਦਾ, ਕੋਈ ਆਲਿਮ ਆਉਂਦਾ, ਕੋਈ ਕਾਰੀ ਆਉਂਦਾ, ਉਹ ਦੱਸਦਾ ਅਤੇ ਬੰਦੇ ਨੂੰ ਇਲਮ ਹੋ ਜਾਂਦਾ ਅਤੇ ਫਿਰ ਬੰਦੇ ਨਾਂ ਲੈਂਦੇ ਨੇ, ਯਾਰ ਫਲਾਣੇ ਖਤਮ 'ਤੇ ਗਏ ਸਾਂ, ਮਲਕ ਮਨਜ਼ੂਰ ਹੁਸੈਨ ਦੇ 10ਵੇਂ 'ਤੇ ਬੈਠੇ ਸਾਂ, ਉਹਨੇ ਇੱਕ ਮੌਲਵੀ ਛੋਟਾ ਜਿਹਾ ਬੁਲਾਇਆ ਸੀ, ਗੱਲ ਬੜੀ ਵੱਡੀ ਕਰ ਗਿਆ। ਬਾਬਾ ਜੀ ਬਹਿਣ ਦਾ ਮਕਸਦ ਇਹ ਨਹੀਂ ਹੁੰਦਾ ਅਸੀਂ ਕੋਈ ਰੋਟੀ ਖਾਣ, ਫਰੂਟ ਖਾਣ, ਇੱਥੇ ਬਹਿਣ ਦਾ ਮਕਸਦ ਨਹੀਂ, ਬਹਿਣ ਦਾ ਮਕਸਦ ਇਹ ਵੇ, ਪਹਿਲੇ ਨੰਬਰ 'ਤੇ ਮਕਸਦ ਇਹ ਵੇ ਕਿ ਜਿਹੜੇ ਆਏ ਹੋ ਗੱਲ ਤਵੱਜੋ ਨਾਲ ਸੁਣ ਕੇ ਜਾਣਾ ਜੇ, ਅਤੇ ਨੰਬਰ 2 ਜਿਹਦੇ ਵਾਸਤੇ ਆਏ ਉਹਦੇ ਵਾਸਤੇ ਕੁਝ ਕਰਕੇ ਜਾਣਾ ਜੀ। ਮਿਹਰਬਾਨੀ ਕਰਿਓ,
ਇਹ ਚਾਰ ਭਰਾ ਉਹਨਾਂ ਜੀ ਸਾਹਮਣੇ ਮੈਨੂੰ ਲੱਗਦਾ ਇੱਕੋ ਹੀ ਸ਼ਕਲ ਹੈ ਮਾਸ਼ਾਅੱਲਾ। ਅੱਲਾ ਪਾਕ ਤੁਹਾਨੂੰ ਸਲਾਮਤੀ ਅਦਾ ਫਰਮਾਏ, ਸ਼ਕਲਾਂ 'ਤੇ ਵੀ ਬੰਦੇ ਪਹਿਚਾਣ ਕਰਦੇ ਨੇ। ਇਹ ਅੱਲਾ ਪਾਕ ਇਹਨਾਂ ਚੌਵਾਂ ਭਾਈਆਂ ਨੂੰ ਜ਼ਿੰਦਗੀ ਦੇਵੇ, ਸਿਹਤ ਦੇਵੇ। ਚਲੋ ਮੇਰੀ ਕਿਸਮਤ 'ਚ ਸੀ ਇਹਨਾਂ ਦੀ ਜ਼ਿਆਰਤ, ਤੁਹਾਡੀ ਧੁਨੀ ਚਾਹੁੰਦਾ ਲਿਓ, ਅੱਲਾ ਮੇਰਾ ਵੀ ਬੈਠਣਾ ਕਬੂਲ ਫਰਮਾਏ। ਬਾਬਾ ਜੀ ਕੁਰਾਨੇ ਪਾਕ ਦੀ ਆਇਤ ਕਰੀਮਾ ਦਾ ਕੁਛ ਹਿੱਸਾ ਤੁਹਾਡੇ ਸਾਹਮਣੇ ਮੈਂ ਤਿਲਾਵਤ ਕੀਤਾ। ਜਿਹੜੀ ਮੈਂ ਗੱਲ ਕਰਨਾ ਮੈਂ ਰਿਕਾਰਡ ਹੋ ਰਹੀ ਹੈ, ਬੰਦਾ ਨੱਸ ਨਹੀਂ ਸਕਦਾ। ਹੁਣ ਐਸਾ ਮਾਮਲਾ ਕਿ ਬਲਾ ਫੇਸਬੁੱਕ ਯੂਟਿਊਬ 'ਤੇ ਕੋਈ ਬੰਦਾ ਉਹ ਐਸਾ ਮਸਲਾ ਬਿਆਨ ਕਰੇ ਤਾਂ ਬੰਦਾ ਫੜ ਕਰਦਾ, ਅਤੇ ਇਸ ਵਾਸਤੇ ਬੜੀ ਮੁਖਤਾਤ ਹੋ ਕੇ ਤਕਰੀਰ ਕਰਨੀ ਪੈਂਦੀ ਹੈ। ਇੱਕ ਕੈਮਰਾ ਨਹੀਂ ਮੈਂ, ਅਤੇ ਇੱਥੇ ਤਾਂ ਤਿੰਨ ਲੱਗੇ ਹੋਏ ਨੇ। ਅੱਜ ਸੁਬਾਹ ਤੁਸੀਂ ਯੂਟਿਊਬ ਖੋਲ੍ਹ ਕੇ ਵੇਖ ਲਿਓ ਅਤੇ ਸਾਰਾ ਬਿਆਨ ਸੁਣ ਲਿਓ। ਬਾਬਾ ਜੀ ਅੱਲਾ ਦਾ ਕੁਰਾਨ ਐਲਾਨ ਫਰਮਾ ਰਿਹਾ, ਉਫਿਮ ਵਲਾ ਤਨ ਹਰ ਹੁਮਾ ਵਕੁੱਲਾ ਹੁਮਾ ਕੌਲਨ ਕਰੀਮਾ। ਇੱਕ ਦੋ ਮਸਲਾ ਵੀ ਮੈਨੂੰ ਕਾਰੀ ਸਾਹਿਬ ਨੇ ਕਿਹਾ, ਉਹ ਵੀ ਮੈਂ ਤਾਂ ਇਨਸ਼ਾਅੱਲਾ ਥੋੜ੍ਹੀ ਰੋਸ਼ਨੀ ਪਾਵਾਂਗਾ ਆਪਣੇ ਇਲਮ ਦੇ ਮੁਤਾਬਕ। ਪਹਿਲਾਂ ਜਿਹੜਾ ਮੇਰਾ ਮੌਜੂ ਹੈ ਬਾਪ ਦੀ ਸ਼ਾਨ, ਉਹਦੇ ਹਵਾਲੇ ਨਾਲ ਦੋ ਚਾਰ ਬਾਤਾਂ ਕਰ ਲਈਏ। ਹੈਂ ਜ਼ਰਾ ਤਵੱਜੋ, ਮੇਰੀ ਪਹਿਲੀ ਹਾਜ਼ਰੀ ਹੈ ਤੁਹਾਡੇ ਪਿੰਡ, ਮੈਨੂੰ ਨਹੀਂ ਪਤਾ ਵੀ ਤੁਸੀਂ ਕਿਸ ਜ਼ੌਕ ਦੇ ਮਾਲਕ ਹੋ, ਲੇਕਿਨ ਮੈਨੂੰ ਪਤਾ ਇੰਨਾ ਹੈ ਕਿ ਜਿਹੜੀ ਮੈਂ ਗੱਲ ਕਰਾਂਗਾ ਤੁਸੀਂ ਤਵੱਜੋ ਨਾਲ ਜ਼ਰੂਰ ਸੁਣੋਗੇ, ਔਰ ਅੱਲਾ ਸੁਣ ਕੇ ਉਹਦੇ 'ਤੇ ਅਮਲ ਦੀ ਤੌਫੀਕ ਵੀ ਅਤਾ ਕਰੇਗਾ। ਇਹ ਤਵੱਜੋ ਕਰਿਆ ਜੀ ਬਾਬਾ ਜੀ, ਕੁਰਾਨੇ ਪਾਕ ਦੇ ਅੰਦਰ ਅੱਲਾਹ ਤਾਲਾ ਨੇ ਵਾਲਦੈਨ ਦੀ ਸ਼ਾਨ ਦੇ ਬਾਰੇ ਇੱਕ ਆਇਤ ਨਾਜ਼ਲ ਨਹੀਂ ਕੀਤੀ। ਇੱਧਰ ਮੇਰੇ ਵੱਲ ਜ਼ਰਾ ਵੇਖਿਓ, ਸ਼ਾਨ ਬਿਆਨ ਕਰਨਾ ਹੋਰ ਹੈ, ਵਾਲਦੈਨ ਦੇ ਹਕੂਕ ਬਿਆਨ ਕਰਨਾ ਹੋਰ ਹੈ। ਇੱਧਰ ਤਵੱਜੋ ਕਰੋ, ਸ਼ਾਨ ਬਿਆਨ ਕਰਨਾ ਹੋਰ ਹੈ, ਸ਼ਾਨ ਬਿਆਨ ਕਰ ਛੱਡੀ ਅੱਲਾਹ ਨੇ, ਕੀ ਬਿਆਨ ਕੀਤੀ? ਵਬਿਲ ਵਾਲਿਦੈਨੀ ਇਹ ਸਾਨਾ। ਇਸੇ ਆਇਤ ਦੇ ਜ਼ਿਮਨ ਦੇ ਅੰਦਰ ਨਬੀ ਪਾਕ ਨੇ ਵਾਲਦੈਨ ਦੀ ਸ਼ਾਨ ਬਿਆਨ ਕੀਤੀ। ਹਜ਼ੂਰ ਨੇ ਫਰਮਾਇਆ ਵੀ ਲੋਕੋ ਸੁਣੋ, ਮਾਂ ਦੀਆਂ ਪੈਰਾਂ ਥੱਲੇ ਜੰਨਤ ਜੇ ਅਤੇ ਬਾਪ ਜੰਨਤ ਦਾ ਦਰਮਿਆਨੀ ਦਰਵਾਜ਼ਾ ਜੇ। ਇਹ ਜ਼ਰਾ ਤਵੱਜੋ ਕਰਨੀ, ਮੈਂ ਤੁਹਾਨੂੰ ਕੁਝ ਦੇ ਕੇ ਬਾਬਿਓ ਜਾਣਾ। ਇਹ ਬਜ਼ੁਰਗ ਬੰਦੇ ਮੇਰੀ ਬੜੀ ਤਕਰੀਰ ਸੁਣਦੇ ਨੇ, ਉਹ ਆਉਂਦੇ ਨੇ ਵੀ ਮੌਲਵੀ ਪਹਿਲੀ ਵਾਰੀ ਸੁਣਿਆ ਜਿਹਨੇ ਅੱਬੇ ਦੀ ਵੀ ਸ਼ਾਨ ਦੱਸੀ ਹੈ ਲੋਕਾਂ ਨੂੰ, ਨਹੀਂ ਤਾਂ ਅੰਮਾ ਦੀ ਸ਼ਾਨ ਸੁਣਦੇ ਹਾਂ ਜ਼ਿੰਦਗੀ ਗੁਜ਼ਰ ਗਈ ਸੀ ਵੀ ਅੰਮਾ ਦੀ ਬੜੀ ਸ਼ਾਨ ਹੈ, ਅੰਮਾ ਦਾ ਬੜਾ ਮਕਾਮ ਹੈ। ਮੈਂ ਤੁਹਾਨੂੰ ਅੱਬੇ ਦਾ ਮਕਾਮ ਦੱਸਣ ਲੱਗਾਂ, ਅੰਮਾ ਦੀ ਸ਼ਾਨ ਦੱਸਣ ਲੱਗਾਂ, ਅਤੇ ਜਿੰਨਾ ਸਾਰੀ ਜ਼ਿੰਦਗੀ ਮਾਂ ਦੀ ਸ਼ਾਨ ਸੁਣੀ, ਅੱਜ ਸੁਣਨਗੇ ਨਾ ਅਤੇ ਵਾਕਈ ਆਖਣਗੇ ਜ਼ਰੂਰ ਵੀ ਜਿੱਥੇ ਮਾਂ ਦਾ ਮਕਾਮ ਹੈ ਉੱਥੇ ਅੱਬੇ ਦਾ ਵੀ ਬੜਾ ਮਕਾਮ ਹੈ, ਉੱਥੇ ਅੱਬੇ ਦਾ ਵੀ ਬੜਾ ਮਰਤਬਾ ਹੈ। ਹੁਣ ਇੱਧਰ ਤਵੱਜੋ ਕਰਿਓ, ਮਲਕ ਸਾਹਿਬ ਸਾਰੇ ਬੈਠੇ ਹੋਏ ਹੋ, ਜੁਮਲਾ ਬੜਾ ਵੱਡਾ ਦੇਣ ਲੱਗਾ। ਅੱਲਾ ਨੇ ਅੰਮਾ ਅਤੇ ਅੱਬੇ ਨਾਲ ਗੱਲ ਕਰਨ ਦਾ ਤਰੀਕਾ ਦੱਸਿਆ। ਮਿਹਰਬਾਨੀ ਕਰੋ ਜ਼ਰਾ ਜਾ ਕੇ ਬਿਓ, ਮੈਨੂੰ ਪਤਾ ਲੱਗੇ ਵੀ ਮੈਂ ਮਲਕਾਂ ਦੇ ਪਿੰਡ ਪੜ੍ਹ ਕੇ ਆਇਆ ਅਤੇ ਵੀਡੀਓ ਸਾਰੀ ਦੁਨੀਆ ਵੇਖੇ ਅਤੇ ਵਾਕਈ ਆਖੇ ਬਈ ਮਲਕ ਬੈਠੇ ਹੋਏ ਨੇ। ਬਾਬਾ ਤਵੱਜੋ, ਅੱਲਾ ਨੇ ਅੰਮਾ ਅਤੇ ਅੱਬੇ ਨਾਲ ਗੱਲ ਕਰਨ ਦਾ ਤਰੀਕਾ ਦੱਸਿਆ। ਇਹ ਸਾਰੇ ਨਾਤ ਖਾਨ ਬੈਠੇ ਹੋ, ਕਿਬਲਾ ਹਾਫਜ਼ ਸਾਹਿਬ ਬੈਠੇ ਨੇ, ਇੱਧਰ ਵੇਖਿਓ ਮਲਕ ਸਾਹਿਬ। ਬੰਦੇ ਦੀ ਤਰੀਖ ਹੋਵੇ ਨਾ ਜੱਜ ਦੇ ਸਾਹਮਣੇ, ਜੱਜ ਦੇ ਸਾਹਮਣੇ, ਅਤੇ ਬੰਦਾ ਡਾਇਰੈਕਟ ਜੱਜ ਦੇ ਸਾਹਮਣੇ ਪੇਸ਼ ਨਹੀਂ ਹੁੰਦਾ, ਵਕੀਲ ਲੈ ਕੇ ਜਾਂਦਾ। ਤਵੱਜੋ ਕੀਤੀ, ਮਿਹਰਬਾਨੀ ਕਰਿਓ, ਬੰਦਾ ਜੱਜ ਦੇ ਸਾਹਮਣੇ ਡਾਇਰੈਕਟ ਪੇਸ਼ ਨਹੀਂ ਹੋ ਸਕਦਾ। ਹੁਣ ਪਿੰਡ ਦਾ ਕੋਈ ਬੰਦੇ ਦੀ ਕਿਤੇ ਤਰੀਖ ਹੋਵੇ ਤਾਂ ਇਕੱਲਾ ਜਾਵੇ, ਉਹਨੂੰ ਸਮਝ ਨਹੀਂ ਆਉਣੀ। ਉਹ ਜੱਜ ਕਹਿੰਦਾ ਵਕੀਲ ਲੈ ਕੇ ਆ, ਕੌਣ ਲੈ ਕੇ ਆ? ਇੱਧਰ ਜ਼ਰਾ ਤਵੱਜੋ ਕਰਿਓ, ਗੱਲ ਮੈਂ ਬੜੀ ਵੱਡੀ ਦੇਣ ਲੱਗਾ, ਤੂੰ ਨਹੀਂ ਜਾਂਦਾ ਲਿਓ। ਜੱਜ ਕਹਿੰਦਾ ਵਕੀਲ ਲੈ ਕੇ ਆ, ਬੰਦਾ ਪੁੱਛਦਾ ਜੱਜ ਸਾਹਿਬ ਵਕੀਲ ਦੀ ਕੀ ਲੋੜ ਹੈ? ਉਹ ਆਂਦਾ ਵਕੀਲ ਨੂੰ ਬੋਲਣ ਦੀ ਤਮੀਜ਼ ਹੈ। ਤਵੱਜੋ, ਵਕੀਲ ਨੂੰ ਗੱਲ ਕਰਨ ਦਾ ਤਰੀਕਾ ਹੁੰਦਾ, ਉਹਨੂੰ ਪਤਾ ਵੀ ਮੈਂ ਜੱਜ ਨੂੰ ਕਿਸ ਵੱਲ 'ਚ ਲਿਆਉਣਾ ਅਤੇ ਕਿਸ ਵੱਲ 'ਚ ਗੱਲ ਕਰਨੀ ਹੈ। ਸਾਨੂੰ ਉਹ ਵੱਲ, ਸਾਨੂੰ ਉਹ ਤਰੀਕਾ ਨਹੀਂ ਜਾਂਦਾ ਲੈ। ਜੁਮਲੇ ਸੁਣ, ਬੜੀ ਵੱਡੀ ਗੱਲ ਦੇਣ ਲੱਗਾ, ਇਨਸ਼ਾਅੱਲਾ ਯਾਦ ਕਰੋਗੇ, ਕਿਉਂਕਿ ਮੌਲਵੀ ਆਇਆ ਸੀ ਗੱਲ ਦੇ ਗਿਆ। ਬਾਬਾ ਜੀ ਜੱਜ ਦੇ ਸਾਹਮਣੇ ਪੇਸ਼ ਹੋਣਾ ਪਵੇ ਤਾਂ ਵਕੀਲ ਨਾਲ ਲੈ ਕੇ ਜਾਣਾ ਪੈਂਦਾ। ਇਹ ਦੁਨੀਆ ਦਾ ਜੱਜ ਹੈ,
ਇੱਕ ਖਾਲ ਕੇ ਕਾਇਨਾਤ ਜਿਹੜਾ ਕੁੱਲ ਕਾਇਨਾਤ ਦਾ ਮਾਲਕ ਹੈ। ਮੈਂ ਆਖਿਆ ਮੌਲਾ ਜੱਜ ਦੇ ਸਾਹਮਣੇ ਜਾਈਏ ਤਾਂ ਵਕੀਲ ਦੇ ਥਰੂ ਜਾਣਾ ਪੈਂਦਾ, ਅਤੇ ਜੇ ਤੇਰੇ ਸਾਹਮਣੇ ਅਰਜ਼ ਗੁਜ਼ਾਰ ਹੋਈਏ। ਅੱਲਾ ਫਰਮਾਉਂਦਾ ਦੁਨੀਆ ਦੀ ਅਦਾਲਤ ਹੋ ਰਹੇ, ਰੱਬੇ ਕਾਇਨਾਤ ਦੀ ਅਦਾਲਤ ਹੋ ਰਹੇ। ਫਰਮਾਇਆ ਜਦੋਂ ਦੁਨੀਆ ਦੀ ਅਦਾਲਤ ਵਿੱਚ ਜਾਣਾ ਪਵੇ ਤਾਂ ਵਕੀਲ ਦੀ ਲੋੜ ਹੈ, ਫਰਮਾਇਆ ਜਦੋਂ ਮੇਰੀ ਅਦਾਲਤ ਵਿੱਚ ਆਉਣਾ ਪਵੇ ਤਾਂ ਫਿਰ ਜ਼ਹਰਾ ਦੇ ਬਾਬੇ ਨੂੰ ਵਕੀਲ ਕਰ ਲਿਆ ਜੇ। ਤਵੱਜੋ ਤਵੱਜੋ ਜੀ, ਜਦੋਂ ਮੇਰੀ ਅਦਾਲਤ ਵਿੱਚ, ਮਲਕ ਸਾਹਿਬ ਜੁਮਲੇ ਸੁਣਿਓ, ਜੇ ਨਾ ਸਮਝ ਆਈ ਤਾਂ ਸੁਲਤਾਨੀ ਮਿੰਬਰ ਛੱਡ ਦੇਵੇਗਾ। ਜਦੋਂ ਮੇਰੀ ਅਦਾਲਤ ਵਿੱਚ ਆਉਣਾ ਤਾਂ ਫਿਰ ਮੁਸਤਫਾ ਨੂੰ ਨਾਲ ਲੈ ਕੇ ਆਉਣਾ, ਫਿਰ ਹਜ਼ੂਰ ਦੇ ਥਰੂ ਆਉਣਾ, ਫਿਰ ਕਮਲੀ ਵਾਲੇ ਆਕਾ ਨੂੰ ਵਸੀਲਾ ਬਣਾ ਕੇ ਲੈ ਕੇ ਆਉਣਾ। ਅੱਲਾ ਵਜ੍ਹਾ ਕੀ ਹੈ? ਫਰਮਾਇਆ ਜਿਵੇਂ ਸੋਹਣੇ ਨੂੰ ਮੰਗਣ ਦਾ ਤਰੀਕਾ ਹੈ, ਜੇ ਤੁਹਾਨੂੰ ਤਰੀਕਾ ਨਹੀਂ ਹੈ, ਉਂਜ ਤੁਹਾਨੂੰ ਤਰੀਕਾ ਜਿਵੇਂ ਕਮਲੀ ਵਾਲੇ ਨੂੰ ਤਰੀਕਾ ਨਾ, ਜਿਵੇਂ ਹਜ਼ੂਰ ਨੇ ਤਰਲਾ ਪਾਣਾ। ਬਾਬਾ ਮੈਂ ਕੁਰਾਨ ਦੀ ਦਲੀਲ ਦੇਣ ਲੱਗਾ, ਅੱਲਾ ਫਰਮਾਂਦਾ ਵਲਉ ਅੰਨਹੁਮ ਇਜ਼ ਜ਼ਲਮੂ ਅਨਫੁਸਹੁਮ ਜਾਊ ਕਾ ਫਸਤਗਫਰੁਲਲਾਹ ਵਸਤਗਫਰਾ ਲਹੁਮੁਰ ਰਸੂਲਾ ਲਵਜਦੁਲਲਾਹ ਤਵਾਬਰ ਰਹੀਮਾ। ਆਉਂਦੇ ਨੇ ਵਸੀਲਾ ਕਿੱਥੇ ਲਿਖਿਆ? ਮੈਂ ਕਾਰੀ ਸਾਹਿਬ ਵਸੀਲੇ 'ਤੇ ਗੱਲ ਕਰਾਂ ਤਾਂ ਘੰਟਾ ਮੁੱਕ ਜਾਣਾ ਇੱਥੇ ਹੀ, ਇਹ ਮਸਲਾ ਛਿੜ ਗਿਆ। ਅਤੇ ਮੈਂ ਸਿਰਫ ਇੱਕ ਤੁਹਾਨੂੰ ਨਾ ਅਕੀਦੇ ਦੀ ਗੱਲ ਸੁਣਾਈਏ ਵੀ ਇੱਥੇ ਅਦਾਲਤ ਵਿੱਚ ਵਕੀਲ ਦੀ ਲੋੜ ਹੈ ਅਤੇ ਉਸ ਅਦਾਲਤ ਵਿੱਚ ਉੱਥੇ ਹਜ਼ੂਰ ਦੀ ਲੋੜ ਹੈ, ਉੱਥੇ ਕਮਲੀ ਵਾਲੇ ਦੀ ਲੋੜ ਹੈ। ਹਜ਼ੂਰ ਦਾ ਵਸੀਲਾ ਪਾ ਕੇ ਮੰਗੋ। ਕਿਸੇ ਦਰਵੇਸ਼ ਨੇ ਆਖਿਆ ਵੀ ਜਦੋਂ ਮਦੀਨੇ ਜਾਓ ਨਾ ਅਤੇ ਗੱਲ ਨਾ ਨਾ ਮੰਨੀ ਜਾਂਦੀ ਹੋਵੇ ਅਤੇ ਜੰਨਤੁਲ ਬਕੀ ਟੁਰ ਜਾਇਆ ਜੀ। ਬਾਬੇ ਉਹ ਗੱਲ ਸੁਣਿਓ, ਕਿੱਥੇ ਜਾਇਆ ਜੇ? ਜੰਨਤੁਲ ਬਕੀ। ਹਜ਼ੂਰ ਉੱਥੇ ਕੀ ਹੈ? ਫਰਮਾਇਆ ਉੱਥੇ ਮੁਸਤਫਾ ਦਾ ਲਖਰ ਦੇ ਜਿਗਰ ਲੇਟਿਆ ਹੋਇਆ, ਉੱਥੇ ਹਸਨੈਨ ਦੀ ਮਾਂ ਲੇਟੀ ਹੋਈ। ਮਲਕ ਸਾਹਿਬ ਚੁਪਲੇ ਸੁਣਿਆ ਜੇ, ਉਹ ਜੇ ਨਾ ਗੱਲ ਬਣਦੀ ਹੋਵੇ ਜਨਾਬੇ ਜ਼ਹਰਾ ਦੇ ਮਜ਼ਾਰ ਤੇ ਖਲੋ ਕੇ ਮਦੀਨੇ ਦੇ ਗੁੰਬਦ ਖਜ਼ਰਾ ਵੱਲ ਮੂੰਹ ਕਰਕੇ ਆਖਿਓ ਕਮਲੀ ਵਾਲਿਆ ਸਾਡੀ ਔਕਾਤ ਕੋਈ ਨਹੀਂ, ਪਰ ਤੇਰੀ ਬੇਟੀ ਦੇ ਦਰ ਤੇ ਆ ਗਏ ਆ। ਜਿਹੜੀ ਆਉਂਦੀ ਸੀ ਉੱਠ ਕੇ ਖਲੋ ਜਾਣਾ ਸੈ, ਜਿਹੜੀ ਆਉਂਦੀ ਸੀ ਮੱਥਾ ਚੁੰਮਣਾ ਸੈ, ਉਸ ਜ਼ਹਰਾ ਦਾ ਵਾਸਤਾ ਹੀ। ਫਰਮਾਇਆ ਜੇ ਦੁਆ ਕਬੂਲ ਨਾ ਵੀ ਆਉਂਦੀ ਹੋਵੇ ਹਸਨੈਨ ਦੀ ਮਾਂ ਦਾ ਵਾਸਤਾ ਪਾਵੋ, ਸੋਹਣਾ ਮੰਨ ਜਾਵੇਗਾ, ਮੰਨ ਜਾਵੇਗਾ ਕਮਲੀ ਵਾਲਾ, ਮੰਨ ਜਾਵੇਗਾ। ਇੱਧਰ ਵੇਖਿਓ, ਹੁਣ ਅੱਲਾ ਨੇ ਦੱਸਿਆ ਬਈ ਪਿਓ ਨਾਲ ਗੱਲ ਕਿਵੇਂ ਕਰਨੀ ਹੈ। ਐਸ ਐਚ ਓ ਨਾਲ ਗੱਲ ਕਰਨ ਦੇ ਤਰੀਕੇ ਦਾ ਬੰਦਿਆਂ ਨੂੰ ਪਤਾ, ਪੀਰ ਸਾਹਿਬ ਦੇ ਗੱਲ ਕਰਨ ਦਾ ਬੰਦਿਆਂ ਨੂੰ ਤਰੀਕਿਆਂ ਨੂੰ ਪਤਾ ਹੈ। ਇੱਧਰ ਵੇਖਿਓ ਮਲਕ ਸਾਹਿਬ, ਜਦੋਂ ਬੰਦਾ ਪੀਰ ਸਾਹਿਬ ਦੇ ਸਾਹਮਣੇ ਜਾਂਦਾ ਹੈ, ਇੱਧਰ ਵੇਖਿਓ, ਇੰਜ ਹੱਥ ਬੰਨ ਕੇ ਖਲੋਂਦਾ ਕਿ ਨਹੀਂ ਖਲੋਂਦਾ? ਮਾਲਕਾਂ ਦਾ, ਵਾਰਸਾਂ ਦਾ ਫੋਨ ਆਇਆ, ਪੀਰਾਂ ਦਾ ਫੋਨ ਆਇਆ, ਉਹ ਮੈਂ ਕਿਹਾ ਉਹ ਤੁਨੀ ਚਾਂਦਾ ਲਿਓ। ਓਏ ਆਮ ਪੀਰ ਦਾ ਫੋਨ ਆਵੇ ਤੇ ਬੰਦਾ ਉਸੇ ਵੇਲੇ ਦੌੜ ਪੈਂਦਾ, ਤੇ ਬਾਪ ਦੇ ਪੀਰਾਂ ਦਾ ਵੀ ਪੀਰ, ਪਿਓ ਦੇ ਪੀਰਾਂ ਦਾ ਵੀ ਪੀਰ। ਅੱਲਾ ਦੀ ਇੱਜ਼ਤ ਦੀ ਕਸਮ, ਹਜ਼ੂਰ ਗੌਸ ਪਾਕ ਦਾ ਫਰਮਾਨ, ਫਰਮਾਇਆ 70 ਗੌਸ ਇੱਕ ਪਾਸੇ ਹੋਣ, ਇਹ ਜੁਮਲਾ ਨਾ ਹੋਵੇ ਮੈਂ ਜੁਰਮਦਾਰ ਹਾਂ ਸੁਲਤਾਨੀ। ਫਰਮਾਇਆ 70 ਗੌਸ, ਵਲੀ ਨਹੀਂ, ਕੁਤਬ ਨਹੀਂ, ਅਬਦਾਲ ਨਹੀਂ, ਸਭ ਤੋਂ ਵਲਾਇਤ ਉਤਲਾ ਦਰਜਾ। ਫਰਮਾਇਆ 70 ਗੌਸ ਇੱਕ ਪਾਸੇ ਹੋਣ, ਤੇ ਪਿਓ ਹੋਵੇ ਇੱਕ ਪਾਸੇ, ਬਾਪ ਹੋਵੇ ਇੱਕ ਪਾਸੇ। ਫਰਮਾਇਆ ਉਹ ਚੱਲਿਓ, ਓਨੀ ਜਲਦੀ 70 ਗੌਸਾਂ ਦੀ ਦੁਆ ਨਹੀਂ ਜਾਂਦੀ ਜਿੰਨੀ ਜਲਦੀ ਬਾਪ ਦੀ ਦੁਆ। ਬਾਪ ਦੀ ਦੁਆ ਪਹੁੰਚ ਜਾਂਦੀ ਹੈ, ਅਸਾਂ ਤੇ ਅੱਬੇ ਨੂੰ ਸਮਝਿਆ ਹੀ ਨਹੀਂ, ਅਸਾਂ ਤੇ ਬਾਪ ਦਾ ਮਕਾਮ ਸਮਝਿਆ ਹੀ ਨਹੀਂ, ਅਸਾਂ ਤੇ ਬਾਪ ਦੇ ਮਰਤਬੇ ਨੂੰ ਸਮਝਿਆ ਹੀ ਨਹੀਂ। ਅਸਾਂ ਸਮਝਿਆ ਵੀ ਅੱਬਾ ਸਿਰਫ ਮੱਝਾਂ ਰੱਖਣ ਵਾਲਾ, ਅਸਾਂ ਸਮਝਿਆ ਵੀ ਅੱਬਾ ਸਿਰਫ ਡੇਰੇ ਤੇ ਰਹਿਣ ਵਾਸਤੇ ਰੱਖਿਆ, ਅਸਾਂ ਸਮਝਿਆ ਵੀ ਅੱਬਾ ਸਾਡੇ ਬੱਚਿਆਂ ਨੂੰ ਸਕੂਲ ਲੈ ਜਾਏ,
ਤੇ ਸਾਈਕਲ ਤੇ ਸਕੂਲ ਛੁੱਟੀ ਦਾ ਵਾਪਸ ਲੈ ਆਵੇ ਤੇ ਸਾਰੇ ਘਰ ਦੇ ਕੰਮ ਕਰੇ। ਓਏ ਅਸਾਂ ਬਾਪ ਨੀ ਸਮਝੀ, ਅਸਾਂ ਬਾਪ ਨੂੰ ਨੌਕਰ ਬਣਾ ਕੇ ਰੱਖਿਆ। ਗੁੱਸਾ ਨਾ ਕਰਿਓ, ਮੈਂ ਗੱਲ ਵੱਡੀ ਪੇ ਦੇਣਾ ਜੇ, ਅਸੀਂ ਬਾਪ ਨੂੰ ਮੁਲਾਜ਼ਮ ਬਣਾ ਕੇ ਰੱਖਿਆ। ਰੱਬੇ ਕਾਬਾ ਦੀ ਇੱਜ਼ਤ ਦੀ ਕਸਮ ਤੂੰ ਨੀ ਜਾਣਦਾ ਲਿਆ। ਮੇਰੇ ਨਬੀ ਪਾਕ ਨੇ ਫਰਮਾਇਆ, ਇਹ ਹਦੀਸ ਤਿਰਮਜ਼ੀ ਸ਼ਰੀਫ ਦੀ, ਨਾਵੇ ਜੁਰਮਦਾਰ ਆ, ਕਿਬਲਾ ਨਬੀ ਪਾਕ ਨੇ ਫਰਮਾਇਆ, ਸਭ ਨਾਲੋਂ ਜ਼ਿਆਦਾ ਤੇ ਸਭ ਨਾਲੋਂ ਜਲਦੀ ਬਾਪ ਦੀ ਦੁਆ ਪੁੱਤਰਾਂ ਦੇ ਹੱਕ ਵਿੱਚ ਕਬੂਲ ਹੁੰਦੀ। ਬੇਸ਼ੱਕ ਬੇਸ਼ੱਕ, ਅਸੀਂ ਅੱਜ ਤੱਕ ਸੁਣਦੇ ਆਏ ਸਾਂ ਮਾਂ ਦੀ ਦੁਆ। ਮੈਂ ਵੀ ਆਹੀ ਸੁਣਿਆ ਸੀ ਤੇ ਤੁਸੀਂ ਵੀ ਇਹ ਸੁਣਿਆ ਸੀ ਕਿ ਮਾਂ ਦੀ ਦੁਆ ਬੜੀ ਜਲਦੀ ਪਹੁੰਚਦੀ ਹੈ, ਮਾਂ ਦੀ ਦੁਆ ਬੜੀ ਜਲਦੀ ਲੱਗਦੀ ਹੈ। ਮੈਨੂੰ ਮਾਂ ਦੇ ਬਾਰੇ ਹਦੀਸ ਨਜ਼ਰ ਨਹੀਂ ਆਈ, ਲੇਕਿਨ ਬਾਪ ਦੇ ਬਾਰੇ ਹਦੀਸ ਮੌਜੂਦ ਹੈ। ਓਹ ਕਿਆ ਬਾਤ, ਤਵੱਜੋ, ਕਿਸੇ ਨੂੰ ਪੁੱਛ ਲਓ ਜਾ ਕੇ ਮੇਰੇ ਤੋਂ ਵੱਡੇ ਕਿਸੇ ਮੁਫਤੀ ਨੂੰ ਕਿ ਮਾਂ ਦੇ ਬਾਰੇ ਕੋਈ ਐਸੀ ਹਦੀਸ, ਬਾਪ ਦੇ ਬਾਰੇ ਹਦੀਸ ਮੌਜੂਦ ਹੈ। ਲੋਕੋ, ਮਲਕ ਸਾਹਿਬ ਬਾਪ ਦੇ ਬਾਰੇ ਨਬੀ ਪਾਕ ਨੇ ਫਰਮਾਇਆ ਕਿ ਸਭ ਨਾਲੋਂ ਜਲਦੀ ਬਾਪ ਦੀ ਦੁਆ ਪੁੱਤਰ ਦੇ ਹੱਕ ਵਿੱਚ ਕਬੂਲ ਹੁੰਦੀ ਹੈ। ਜਿਹੜੀ ਦੁਆ ਕਰੇ, ਜਿਹੜੀ ਦੁਆ ਕਰੇ। ਅਗਲੇ ਦਿਨ ਮੈਨੂੰ ਇੱਕ ਬੰਦਾ ਲੱਭਾ, ਅਸੀਂ ਜੇਲਮ ਸਨ ਰਾਵਲਪਿੰਡੀ ਰੋਡ ਤੇ, ਤੇ ਮੈਂ ਕਿਹਾ ਚੌਧਰੀ ਸਾਹਿਬ ਬੜੇ ਰੰਗ ਲੱਗੇ ਨੇ। ਕਹਿੰਦਾ ਕਾਰੀ ਸਾਹਿਬ, ਇਹ ਮੇਰੀ ਮਿਹਨਤ ਨਹੀਂ। ਮੈਂ ਕਿਹਾ ਕਿਹਦੀ ਮਿਹਨਤ ਹੈ? ਉਹਨੇ ਬਟਵੇ ਚ ਤਸਵੀਰ ਕੱਢ ਕੇ ਦੱਸੀ ਜਾਂਦਾ, ਇਹ ਮੇਰੇ ਅੱਬੇ ਦੀ ਮਿਹਨਤ। ਜਿਨ੍ਹਾਂ ਹਵੇਲੀਆਂ ਨੂੰ ਜੱਫੇ ਮਾਰੇ ਨੀ ਨਾ, ਇਹ ਤੂੰ ਤਾਂ ਨੀ ਬਣਾਈਆਂ। ਇਹ ਜਿਨ੍ਹਾਂ ਡੇਰਿਆਂ ਤੇ ਮਾਣ ਤਾਂ ਕਰਨਾ ਨਾ, ਮੇਰੇ ਦੋ ਮਰੱਬੇ ਜ਼ਮੀਨ ਹੈ ਤੇ ਮੈਂ ਇੰਨੀ ਕਣਕ ਲਾਈ ਤੇ ਇੰਨੀ ਮੂੰਜੀ ਲਾਈ। ਮਲਕ ਸਾਹਿਬ, ਇਹ ਤੁਸਾਂ ਨਹੀਂ ਲਾਈ, ਇਹ ਤੁਸਾਂ ਜ਼ਮੀਨਾਂ ਨਹੀਂ ਖਰੀਦੀਆਂ, ਇਹ ਤੁਸਾਂ ਮਰੱਬੇ ਨਹੀਂ ਖਰੀਦੇ। ਓਏ, ਜਿਸ ਪਿਓ ਨੂੰ 1000 ਰੁਪਇਆ ਦੇਣ ਲੱਗਿਆ 1000 ਵਾਰੀ ਸੋਚਣਾ ਹੈ? ਮੈਂ ਤਵੱਜੋ ਕਰੀ, ਮਿਹਰਬਾਨੀ ਜ਼ਰਾ ਕਰੀ। ਓਏ, ਜਿਸ ਅੱਬੇ ਨੂੰ 1000 ਰੁਪਇਆ ਦੇਣ ਲੱਗਿਆ ਬੁੱਢੀ ਕੋਈ ਮਸ਼ਵਰਾ ਲੈਣਾ ਕਿ ਅੱਬੇ ਨੂੰ ਖਰਚਾ ਦਿਆਂ ਕਿ ਨਾ ਦਿਆਂ, ਅੱਬੇ ਨੂੰ ਪੈਸੇ ਦਿਆਂ ਕਿ ਨਾ ਦਿਆਂ। ਮੈਂ ਕਿਹਾ ਚੱਲਿਆ ਸਾਰੀ ਜ਼ਿੰਦਗੀ, ਤੈਨੂੰ ਪਿਓ ਦੇ ਸਾਹਮਣੇ ਇੰਜ ਕਰਨ ਦੀ ਲੋੜ ਨਹੀਂ ਸੀ ਪਈ। ਬਾਬਾ ਜੀ, ਇੰਜ ਕਰਨ ਦੀ ਲੋੜ ਨਹੀਂ ਸੀ ਪਈ। ਤੂੰ ਜਦੋਂ ਮੰਗਿਆ ਨਹੀਂ ਮੰਗਿਆ, ਉਹਨੂੰ ਪਤਾ ਹੁੰਦਾ ਸੀ ਮੇਰੇ ਪੁੱਤਰ ਦੀ ਫੀਸ ਅਦਾ ਕਰਨ ਵਾਲੀ, ਮੇਰੇ ਪੁੱਤਰ ਦੀਆਂ ਕਿਤਾਬਾਂ ਕੋਈ ਨਹੀਂ, ਮੇਰੇ ਪੁੱਤਰ ਦੀ ਜੁੱਤੀ ਕੋਈ ਨਹੀਂ, ਮੇਰੇ ਪੁੱਤਰ ਦੇ ਕੱਪੜੇ ਕੋਈ ਨਹੀਂ। ਮੀਆਂ ਮੁਹੰਮਦ ਬਖਸ਼ ਰਹਿਮਤੁੱਲਾ ਅਲੈਹ ਨੇ ਕਲਮ ਉਠਾਈਏ, ਮੀਆਂ ਸਾਹਿਬਾਂ ਨੇ ਸਦਾ ਨਾ ਬਾਗੀ। ਮਲਕ ਸਾਹਿਬ ਹੁਣ ਜ਼ਰਾ ਜਾਗ ਜਾਈ। ਹੈ ਸਦਾ ਨਾ ਬਾਗੀ, ਹੈ ਬੁੱਲੇ ਬੁੱਲੇ ਬੋਲੇ। ਬਾਬਾ ਜੀ, ਹੈ ਸਦਾ ਨਾ ਬਾਗੀ, ਹੈ ਸਦਾ ਨਾ ਬਾਗੀ, ਹੈ ਬੁੱਲੇ ਬੁੱਲੇ ਬੋਲੇ, ਹੈ ਸਦਾ ਨਾ ਬਾਗੇ ਪਹਾਰਾ, ਹੋਏ ਸਦਾ ਨਾ ਮਾਪੇ, ਹੋਏ ਦੁਨੀ ਚੰਦ ਦੇ ਵਿੱਚ ਬੈਣ ਵਾਲਿਓ ਜਮਲੇ ਸੁਣਿਆ ਰੇ। ਕਦੀ ਬਾਪ ਨੂੰ ਝਿੜਕ ਨਾ ਮਾਰਿਆ ਰੇ, ਕਦੀ ਬਾਪ ਨੂੰ ਦਾਬਾ ਨਾ ਮਾਰਿਆ ਰੇ, ਕਦੀ ਬਾਪ ਦਾ ਦਿਲ ਨਾ ਦੁਖਾਇਆ ਰੇ। ਸਜਣੋ, ਪਿਓ ਨਾਲ ਬੜੀਆਂ ਰੌਣਕਾਂ ਆਉਂਦੀਆਂ ਨੇ, ਹੋਏ ਬਾਪ ਨਾਲ ਵਿਹੜੇ ਵਸਦੇ ਆਉਂਦੇ ਨੇ, ਹੋਏ ਬਾਪ ਨਾਲ ਹਵੇਲੀਆਂ ਵਸਦੀਆਂ ਜੇ। ਹੋਏ ਮਲਕ ਸਾਹਿਬ ਜੁਮਲੇ ਸੁਣਿਆ ਰੇ, ਅੱਲਾ ਦਾ ਕੁਰਾਨ ਐਲਾਨ ਫਰਮਾ ਰਿਹਾ ਏ, ਉਫੀ ਵਲਾ ਤਨ ਹਰ ਹਮਾ ਵਗੁੱਲ ਹਮਾ ਕੌਲਣ ਕਰੀ।
ਮਾਂ ਫਰਮਾਇਆ ਮਾਂ ਦੇ ਸਾਹਮਣੇ ਉਫ ਨਾ ਕਰਿਆ ਰੇ, ਫਰਮਾਇਆ ਬਾਪ ਦੇ ਸਾਹਮਣੇ ਉਫ ਨਾ ਕਰਿਆ ਰੇ। ਅੱਜ ਮਲਕ ਸਾਹ ਚਾਰ ਵੀਰ ਬੈਠੇ ਹੋਏ ਹੋ, ਹਜੇ ਬਾਪ ਟੁਰ ਗਿਆ ਜੇ, ਹਜੇ ਸੀਨੇ ਲਾਉਣ ਵਾਲਾ ਕੋਈ ਨਹੀਂ, ਹਜੇ ਮੱਥੇ ਚੁੰਮਣ ਵਾਲਾ ਕੋਈ ਨਹੀਂ। ਹਜ਼ਰਾ ਜੁਮਲੇ ਸਮਾਧੀ ਕਰਿਆ ਰੇ, ਇਸੇ ਵਾਸਤੇ ਆਲਾ ਲੀ ਲਾਣ ਇੱਧਰ ਮੇਰੇ ਵੱਲ ਵੇਖਿਆ ਰੇ, ਮੀਆਂ ਸਾਹਿਬ ਆਉਂਦੇ ਨੇ ਸਦਾ ਨਾ ਬਾਗੀ ਹੈ ਬੁੱਲੇ ਫੁੱਲ ਬੋਲੇ ਸਦਾ ਨਾ ਬਾਗ। ਆਜ਼ਮ ਸਾਹਿਬ ਜੁਮਲੇ ਸੁਣਿਆ ਰੇ, ਸਦਾ ਨਾ ਬਾਗ ਬਹਾਰਾ ਹੈ ਸਦਾ ਨਾ ਮਾਪੇ। ਕਿੰਨਾ ਜ਼ਮੀਨਾਂ ਤੇ ਮਾਣ ਕਰਨਾ ਏ, ਕਿੰਨਾ ਹਵੇਲੀਆਂ ਤੇ ਮਾਣ ਕਰਨਾ ਏ, ਕਿੰਨਾ ਜ਼ਮੀਨਾਂ ਤੇ ਮਾਣ ਏ, ਕਿੰਨਾ ਹਵੇਲੀਆਂ ਤੇ ਮਾਣ ਏ। ਸਜਣਾ ਜ਼ਮੀਨਾਂ ਇੱਥੇ ਰਹਿ ਜਾਣੀਆਂ ਨੇ, ਹਵੇਲੀਆਂ ਇੱਥੇ ਰਹਿ ਜਾਣੀਆਂ ਨੇ, ਮਕਾਨ ਇੱਥੇ ਰਹਿ ਜਾਣੇ ਨੇ। ਜੇ ਇੱਕ ਵਾਰੀ ਬਾਪ ਟੁਰ ਗਿਆ, ਸਾਰੀ ਜ਼ਿੰਦਗੀ ਰੋਵੇਂਗਾ, ਸਾਰੀ ਜ਼ਿੰਦਗੀ ਤਰਲੇ ਪਾਵੇਂਗਾ। ਯਾ ਅੱਲਾ ਅੱਜ ਕਦੀ ਬਾਪ ਜ਼ਿੰਦਾ ਆਉਂਦਾ? ਮਲਕ ਸਾਹਿਬ ਰਿਸ਼ਤੇ ਪਿਓ ਨਾਲ ਸੋਹਣੇ ਲੱਗਦੇ ਨੇ, ਹੈ ਬਾਪ ਜ਼ਿੰਦਾ ਹੋਵੇ ਤੇ ਚਾਚੇ ਵੀ ਆਪਣੇ ਨੇ, ਹੈ ਬਾਪ ਜ਼ਿੰਦਾ ਹੋਵੇ ਤੇ ਮਾਮੇ ਵੀ ਆਪਣੇ ਨੇ, ਹੈ ਬਾਪ ਜ਼ਿੰਦਾ ਹੋਵੇ ਬਰਾਦਰੀ ਵਾਲੇ ਵੀ ਆਪਣੇ ਨੇ, ਹੈ ਵੱਡਾ ਵੀਰ ਵੀ ਸਾਹਮਣੇ ਵੇ, ਹੈ ਛੋਟੇ ਵੀਰ ਵੀ ਸਾਹਮਣੇ ਹੋ, ਹੈ ਕਿਵੇਂ ਪਿਓ ਨੇ ਜਵਾਨ ਕੀਤਾ ਆਉਣਾ। ਮਲਕ ਸਾਹਿਬ ਨੇ ਤੁਹਾਨੂੰ ਸੀਨੇ ਲਾਇਆ ਆਉਣਾ, ਆਉਂਦਾ ਆਉਣਾ ਮੇਰੇ ਉਹ ਪੁੱਤਰੋ ਪਰੇਸ਼ਾਨ ਨਾ ਹੋ ਯਾਰ, ਹੈ ਮੇਰੇ ਉਹ ਮਲਕੋ ਟੈਨਸ਼ਨ ਨਾ ਲੈ ਯਾਰ। ਮਲਕ ਸਾਹਿਬ ਅੱਲਾ ਦੀ ਕਸਮ ਉਠਾ ਕੇ ਆਉਣਾ ਵਾਂ, ਹੈ ਦੁਨੀਆ ਰੁਸਦੀ ਹੈ ਰੁਸ ਜਾਵੇ, ਕਦੀ ਪਿਓ ਨੂੰ ਰੁਸਾ ਨਾ ਦਿਆਰ, ਕਦੀ ਬਾਪ ਨੂੰ ਰੁਸਾ ਨਾ ਦਿਆਰ, ਕਦੀ ਬਾਪ ਦਾ ਦਿਲ ਨਾ ਦੁਖਾਇਆਰ। ਜਿਹਦੇ ਤੇ ਬਾਪ ਰਾਜ਼ੀ ਹੈ, ਅੱਲਾ ਦੀ ਕਸਮ ਹੈ ਦੁਨੀ ਚੰਦ ਵਾਲਿਆ, ਉਹਦੇ ਤੇ ਅਰਸ਼ਾਂ ਵਾਲਾ ਵੀ ਰਾਜ਼ੀ ਆ, ਉਹਦੇ ਤੇ ਮਦੀਨੇ ਵਾਲਾ ਵੀ ਰਾਜ਼ੀ ਆ, ਜਿਹਦੇ ਤੇ ਬਾਪ ਰਾਜ਼ੀ ਹੈ। ਅੱਜ ਬੀਵੀ ਦੇ ਸਾਹਮਣੇ ਪਿਓ ਨੂੰ ਝਿੜਕਾਂ ਮਾਰੀਆਂ ਨੀ, ਅੱਜ ਬੀਵੀ ਦੇ ਸਾਹਮਣੇ ਮਾਂ ਨੂੰ ਝਿੜਕਾਂ ਮਾਰੀਆਂ ਨੇ। ਆਂਦਾ ਮੇਰੀ ਬੀਵੀ ਚੰਗੀ ਹੈ, ਮਲਕ ਸਾਹਿਬ ਇੱਧਰ ਵੇਖਿਓ, ਆਂਦਾ ਮੇਰੀ ਬੀਵੀ ਚੰਗੀ ਹੈ, ਮੇਰਾ ਅੱਬਾ ਨਹੀਂ ਚੰਗਾ, ਆਂਦਾ ਮੇਰੀ ਬੀਵੀ ਚੰਗੀ ਹੈ, ਮੇਰੀ ਮਾਂ ਨਹੀਂ ਚੰਗੀ। ਹੈ ਮੈਂ ਕਿਹਾ ਚੱਲਿਆ ਨਾ ਨਾ, ਇਹਨੇ 20 ਸਾਲ ਤੇਰੇ ਪਿੱਛੇ ਪਰਦੇਸਾਂ 'ਚ ਗੁਜ਼ਾਰੇ ਨੇ, ਇਹ ਸਾਈਕਲ ਚਲਾ ਕੇ ਸਿਆਲਕੋਟ ਜਾਂਦਾ ਰਿਹਾ ਹੈ, ਇਹਨੇ ਬਾਰਿਸ਼ਾਂ ਨਹੀਂ ਵੇਖੀਆਂ, ਇਹਨੇ ਆਂਧੀਆਂ ਨਹੀਂ ਵੇਖੀਆਂ। ਆਓ ਮਲਕ ਸਾਹਿਬ ਸੁਲਤਾਨੀ ਦੇ ਜੁਮਲੇ ਸੁਣਿਆ ਨੇ, ਸਾਰੀ ਜ਼ਿੰਦਗੀ ਰੁਲਦਾ ਰਿਹਾ ਜੇ, ਸਾਰੀ ਜ਼ਿੰਦਗੀ ਮਿਹਨਤਾਂ ਬੱਚਿਆ ਥੱਲੇ ਪੈ ਜਾਓ ਨੋਠੀ, ਹਜ਼ਰਾ ਜੁਮਲੇ ਸੁਣ ਜਾਇਆ ਨੇ, ਸਾਰੀ ਜ਼ਿੰਦਗੀ ਮਿਹਨਤਾਂ ਕਰਦਾ ਰਿਹਾ ਏ, ਸਾਰੀ ਜ਼ਿੰਦਗੀ ਮੁਸ਼ਕਤਾਂ ਕਰਦਾ ਰਿਹਾ ਏ, ਇਹਨੇ ਸੂਰਜ ਦੀ ਗਰਮੀ ਨਹੀਂ ਵੇਖੀ ਮਲਕ ਸਾਹਿਬ, ਇਹਨੇ ਧੁੱਪ ਨਹੀਂ ਵੇਖੀ, ਇਹਨੇ ਬਾਰਿਸ਼ਾਂ ਨਹੀਂ ਵੇਖੀਆਂ। ਹਜ਼ਰਾ ਜੁਮਲੇ ਸੁਣਿਆ ਨੇ, ਅੱਜ ਬੀਵੀ ਆ ਗਈ ਅੱਬਾ ਪਿੱਛੇ ਹੋ ਗਿਆ ਏ, ਆ ਮੇਰੀਆਂ ਗੱਲਾਂ ਸੁਣ ਜਾਈ, ਅੱਜ ਬੀਵੀ ਆ ਗਈ ਮਾਂ ਪਿੱਛੇ ਹੋ ਗਈ ਏ, ਹਜੇ ਆਂਦਾ ਅੱਬੇ ਨੂੰ ਰੱਖਾਂ ਜਾਂ ਬੀਵੀ ਨੂੰ ਰੱਖਾਂ, ਹਜੇ ਆਂਦਾ ਬਾਪ ਨੂੰ ਰੱਖਾਂ ਜਾਂ ਬੱਚਿਆਂ ਨੂੰ ਰੱਖਾਂ। ਮੈਂ ਕਿਹਾ ਚੱਲਿਆ ਨਾ ਨਾ, ਜਿਹਦਾ ਬਾਪ ਰੁੱਸ ਗਿਆ ਜੇ ਉਹਦਾ ਰੱਬ ਰੁੱਸ ਗਿਆ ਜੇ, ਸੁਣੀ, ਜਿਹਦਾ ਬਾਪ ਰੁੱਸ ਗਿਆ ਰੇ ਉਹਦਾ ਰੱਬ ਰੁੱਸ ਗਿਆ ਜੇ, ਜਿਹਦਾ ਬਾਪ ਨਾਰਾਜ਼ ਹੈ ਮਲਕ ਸਾਹ, ਬੜਾ ਵੀ ਚੌਧਰੀ ਹੋਵੇ ਅੱਲਾ ਜ਼ਮੀਨ ਤੇ ਸੁੱਟ ਦਿੰਦਾ ਏ, ਬੜਾ ਵੱਡਾ ਵੀ ਮਲਕ ਹੋਵੇ ਅੱਲਾ ਜ਼ਮੀਨ ਤੇ ਦੇ ਮਾਰਦਾ ਏ। ਅੱਲਾ ਫਰਮਾਉਂਦਾ ਪਿਓ ਦੇ ਸਾਹਮਣੇ ਉਫ ਨਾ ਕਰਿਆ ਰੇ, ਉਫ
ਵਲਾ ਤਨਹਰ ਹੁਮਾ ਵਕੁਲ ਹੁਮਾ ਕੌਲਨ ਕਰੀਮਾ। ਫਰਮਾਇਆ ਪਾਪ ਦੇ ਸਾਹਮਣੇ ਉਹ ਨਾ ਕਰਿਆ ਰੇ ਜਿਹਨੇ ਸਾਰੀ ਜ਼ਿੰਦਗੀ ਤੇਰੇ ਪਿੱਛੇ ਗੁਜ਼ਾਰੀ ਏ, ਜਿਹਨੇ ਆਪਣੀਆਂ ਬਿਮਾਰੀਆਂ ਨਹੀਂ ਵੇਖੀਆਂ, ਜਿਹਨੇ ਆਪਣੇ ਵਿਆਹ ਸ਼ਾਦੀਆਂ ਨਹੀਂ ਵੇਖੀਆਂ। ਉਹਨੇ ਪੁੱਤਰ ਜਵਾਨ ਕਰ ਲਏ ਜੇ, ਉਹਨੇ ਬੇਟੇ ਜਵਾਨ ਕਰ ਲਏ ਜੇ। ਮਲਕ ਆਜ਼ਮ ਸਾਹਿਬ ਇੱਥੇ ਮੀਆਂ ਸਾਹਿਬ ਦੀ ਕਲਮ ਉੱਠੀ ਏ, ਮੀਆਂ ਮੁਹੰਮਦ ਬਖਸ਼ ਨੇ ਨਕਸ਼ਾ ਪੇਸ਼ ਕੀਤਾ। ਇੱਧਰ ਵੇਖਿਆ ਜੇ, ਮੀਆਂ ਸਾਹਿਬ ਆਉਂਦੇ ਨੇ ਬਾਪ ਮਰੇ ਆਏ ਹਾਏ ਹਾਏ, ਤੂੰ ਨੀ ਚਾਹੁੰਦਾ ਲਈ ਇੱਧਰ ਵੇਖਿਆ ਜੇ, ਹਏ ਬਾਪ ਮਰੇ ਤੇ ਸਿਰ ਨੰਗਾ ਹੋਵੇ। ਆਜ਼ਮ ਸਾਹਿਬ ਇੱਧਰ ਵੇਖੀ ਛੱਡਦੇ ਨੂੰ, ਹਏ ਬਾਪ ਮਰੇ ਤੇ ਸਿਰ ਨੰਗਾ ਹੋਵੇ, ਹਾਥਾਂ ਵੀਰ ਮਰਨ ਕੰਢ ਖਾਲੀ। ਹੇ ਬਾਪ ਮਰੇ ਹੈ ਦੁਨੀ ਜਾਂਦੀ ਵਾਲੀ, ਉਹ ਬਾਪ ਮਰੇ ਤੇ ਸਿਰ ਨੰਗਾ ਹੋਵੇ, ਹਾਥਾਂ ਵੀਰ ਮਰਨ ਕੰਢ ਖਾਲੀ। ਹੇ ਮਾਵਾਂ ਬਾਜੇ ਹੈ ਸਜਣਾ ਮਾਵਾਂ ਬਾਜੇ, ਮੁਹੰਮਦ ਬਖਸ਼ਾ ਤੇ ਕੌਣ ਕਰੇ ਰਖਵਾਲੀ। ਅੱਜ ਸਾਰਾ ਕੁਝ ਮਿਲ ਗਿਆ ਹੈ, ਅੱਜ ਪਿਓ ਟੁਰ ਗਿਆ ਹੈ, ਅੱਜ ਜ਼ਮੀਨਾਂ ਤੁਹਾਡੇ ਨਾਂ ਲਾ ਕੇ ਗਿਆ ਹੈ, ਅੱਜ ਹਵੇਲੀਆਂ ਤੁਹਾਡੇ ਵਾਸਤੇ ਛੱਡ ਕੇ ਗਿਆ ਹੈ। ਅੱਲਾ ਦੀ ਕਸਮ ਹੈ ਬਾਬਾ, ਸਾਰੀ ਜ਼ਿੰਦਗੀ ਪੈਸੇ ਜਮ੍ਹਾਂ ਕਰਦਾ ਰਹਿੰਦਾ ਹੈ, ਇੱਕ ਮੇਟੀਆਂ ਪਾ ਕੇ ਪੁੱਤਰਾਂ ਨੂੰ ਬਰੋਨੇ ਮੁਲਕ ਡੋਰਦਾ ਹੈ। ਆਂਦਾ ਪੁੱਤਰੋ ਮਕਾਨ ਬਣਾ ਚੱਲਾਂ, ਫਿਰ ਮੇਰੇ ਉਹ ਬੱਚਿਓ ਸਾਰੀ ਜ਼ਿੰਦਗੀ ਜ਼ਲੀਲ ਨਾ ਹੋ ਯਾਰੇ। ਅੱਜ ਬੀਵੀ ਆ ਗਈ, ਅੱਜ ਮਾਂ ਨੂੰ ਝਿੜਕਾਂ ਪੀਆਂ ਵੱਜਦੀਆਂ ਨੇ, ਅੱਜ ਪਿਓ ਨੂੰ ਝਿੜਕਾਂ ਪੀਆਂ ਵੱਜਦੀਆਂ ਨੇ। ਮਲਕ ਸਾਹਿਬ ਜ਼ਰਾ ਮੇਰੇ ਵੱਲ ਵੇਖਿਆ ਨੇ, ਆਹ ਸਾਰੀ ਜ਼ਿੰਦਗੀ ਜਿਹਨੇ ਗੁਜ਼ਾਰੀ ਹੋਈ ਹੈ, ਇਹਨੇ ਸਕੀਆਂ ਵੀਰਾਂ ਨਾਲ ਲੜਾਈਆਂ ਲੈ ਲਈਆਂ, ਇਹਨੇ ਆਖਿਆ ਮੇਰੇ ਪੁੱਤਰ ਮੇਰੇ ਨਾਲ ਨੇ, ਇਹਨੇ ਆਖਿਆ ਮਲਕ ਸਾਹਿਬ ਮੇਰੇ ਸ਼ਹਿਜ਼ਾਦੇ ਮੇਰੇ ਨਾਲ ਨੇ। ਅੱਲਾ ਦੀ ਕਸਮ ਹੈ ਰੋਣ ਵਾਲਿਆ, ਹੋਏ ਜਿਹਨੇ ਸਾਰੀ ਜ਼ਿੰਦਗੀ ਤੇਰੇ ਪਿੱਛੇ ਲਈ ਆ, ਜਿਹਨੇ ਮਿਹਨਤਾਂ ਕੀਤੀਆਂ ਤੇਰੇ ਪਿੱਛੇ, ਜਿਹਨੇ ਮੁਸ਼ਕਤਾਂ ਕੀਤੀਆਂ ਤੇਰੇ ਪਿੱਛੇ, ਅੱਜ ਬਾਪ ਨੂੰ ਪੁੱਛਦਾ ਕੋਈ ਨਹੀਂ, ਅੱਜ ਸੀਨੇ ਲਾਂਦਾ ਕੋਈ ਨਹੀਂ, ਅੱਜ ਬਾਪ ਦਾ ਹਾਲ ਕੋਈ ਨਹੀਂ ਪੁੱਛਦਾ। ਆਂਦਾ ਮਾਂ ਦੀਆਂ ਪੈਰਾਂ ਥੱਲੇ ਜੰਨਾ ਦੇ, ਆਂਦਾ ਮਾਂ ਦੀਆਂ ਕਦਮਾਂ ਥੱਲੇ ਜੰਨਾ ਦੇ। ਅਲਾਮਾ ਸਾਹਿਬ ਮੈਂ ਤੇਰੇ ਪਿੰਡ ਆਲਲ ਐਲਾਨ ਜੁਮਲੇ ਦੇਣ ਲਗਾਵਾਂ, ਹੋਏ ਸਾਰੀ ਜ਼ਿੰਦਗੀ ਮਾਂ ਦੇ ਪੈਰ ਚੁੰਮਦਾ ਰਹਿ। ਇਹ ਸੁਣਿਓ ਜੀ, ਸਾਰੀ ਜ਼ਿੰਦਗੀ ਮਾਂ ਦੇ ਪੈਰ ਚੁੰਮਦਾ ਰਹਿ, ਸਾਰੀ ਜ਼ਿੰਦਗੀ ਮਾਂ ਦੀਆਂ ਖਿਦਮਤਾਂ ਕਰਦਾ ਰਹਿ, ਸਾਰੀ ਜ਼ਿੰਦਗੀ ਮਾਂ ਦੇ ਹੱਥ ਚੁੰਮਦਾ ਰਹਿ। ਜੇ ਤੇਰੇ ਤੇ ਅੱਬਾ ਰਾਜ਼ੀ ਨਹੀਂ, ਮਲਕ ਸਾਹਿਬ ਜੰਨਤ ਦੇ ਨੇੜੇ ਜਾ ਨਹੀਂ ਸਕਦਾ, ਇਹ ਜੰਨਤ ਦੀ ਖੁਸ਼ਬੂ ਸੁੰਘ ਨਹੀਂ ਸਕਦਾ। ਆਂਦਾ ਸੁਲਤਾਨੀ ਹੋ ਗਿਓ, ਹੋਏ ਮੈਂ ਕਿਹਾ ਚੱਲਿਆ ਜੰਨਤ ਵਿੱਚ ਉਹਨੇ ਜਾਣਾ ਏ, ਜਿਹਦੇ ਤੇ ਮਾਂ ਦੇ ਨਾਲ ਅੱਬਾ ਵੀ ਰਾਜ਼ੀ ਏ। ਇੱਧਰ ਬਾਬਾ ਜੁਮਲੇ ਸੁਣਿਆ ਰੇ, ਜਿਹਦੇ ਤੇ ਬਾਪ ਰਾਜ਼ੀ ਏ ਜੰਨਤ 'ਚ ਹੋ ਜਾਵੇਗਾ, ਦੁਨੀਆ ਉਹਨੂੰ ਸਲਾਮ ਕਰਦੀ ਏ। ਮੈਂ ਬੜੇ ਬੜੇ ਚੌਧਰੀਆਂ ਦੇ ਡੇਰਿਆਂ 'ਤੇ ਗਿਆ ਵਾਂ, ਅੱਲਾ ਦੀ ਕਸਮ ਏ ਮਲਕ ਸਾਹਿਬ, ਮੈਨਿਆਂ ਡੇਰਿਆਂ 'ਤੇ ਗਿਆ, ਹੈਂਪੀਆਂ ਦੇ ਡੇਰਿਆਂ 'ਤੇ ਗਿਆ ਵਾਂ, ਇੱਕੋ ਹੀ ਆਵਾਜ਼ ਆਈ ਏ ਕਾਰੀ ਸਾਹਿਬ, ਅੱਜ ਦੁਨੀਆ ਸਾਨੂੰ ਸਲਾਮ ਕਰਦੀ ਏ, ਇਹ ਸਾਡੇ ਅੱਬੇ ਦੀ ਵਜ੍ਹਾ ਤੋਂ ਕਰਦੀ ਏ, ਅੱਜ ਦੁਨੀਆ ਸਾਡੇ ਹੱਥ ਚੁੰਮਦੀ ਏ, ਇਹ ਸਾਡੇ ਬਾਪ ਦੀ ਵਜ੍ਹਾ ਤੋਂ ਚੁੰਮਦੀ ਏ, ਇਸੇ ਵਾਸਤੇ ਸੁਲਤਾਨੀ ਕਹਿ ਰਿਹਾ ਏ। ਹੈ ਜਿਹਨੇ ਮਾਂ ਨੂੰ ਸਤਾਇਆ,
ਇੱਧਰ ਵੇਖੀ ਬਾਬਾ ਜੀ, ਜਿਹਨੇ ਮਾਂ ਨੂੰ ਸਤਾਇਆ ਹੈ ਦਿਲ ਪਿਓ ਦਾ ਦੁਖਾਇਆ, ਇੱਧਰ ਵੇਖਿਓ ਜ਼ਰਾ, ਜਿਹਨੇ ਮਾਂ ਨੂੰ ਸਤਾਇਆ ਹੈ ਦਿਲ ਪਿਓ ਦਾ ਦੁਖਾਇਆ, ਇਹਨਾਂ ਦੋਵਾਂ ਨੂੰ ਰੁਲਾਇਆ, ਆ ਸੁਣੋ ਮੁੰਡਿਓ ਮੇਰੇ ਵੱਲ, ਇਹਨਾਂ ਦੋਵਾਂ ਨੂੰ ਰੁਲਾਇਆ, ਅੱਜ ਪਿਓ ਰੋਂਦਾ ਰਹਿ ਗਿਆ ਵੇ, ਅੱਜ ਬੀਵੀ ਦੇ ਕਮਰੇ 'ਚੋਂ ਬੰਨੇ ਨਹੀਂ ਆਇਆ, ਅੱਜ ਬੱਚਿਆਂ ਦੇ ਕਮਰੇ 'ਚੋਂ ਬੰਨੇ ਨਹੀਂ ਆਇਆ, ਆਂਦਾ ਕੀ ਕਰਾਂ ਜੀ ਅੱਬਾ ਪਿਆ ਰੋਂਦਾ ਏ, ਹੈ ਚੱਲਿਆ ਸਾਰੀ ਜ਼ਿੰਦਗੀ ਤੈਨੂੰ ਸੀਨੇ ਲਾਈ ਰੱਖਿਆ ਏ, ਸਾਰੀ ਜ਼ਿੰਦਗੀ ਇਹਨੇ ਤੈਨੂੰ ਮੁਸ਼ਕਲ ਨਹੀਂ ਆਉਣ ਦਿੱਤੀ, ਸਾਰੀ ਜ਼ਿੰਦਗੀ ਇਹਨੇ ਤੈਨੂੰ ਟੈਨਸ਼ਨ ਨਹੀਂ ਆਉਣ ਦਿੱਤੀ, ਅੱਜ ਬਾਪ ਰੋਇਆ ਤੇਰੇ ਸੀਨੇ 'ਤੇ ਅਸਰ ਕੋਈ ਨਹੀਂ, ਅੱਜ ਸਾਰੀ ਰਾਤ ਹਵੇਲੀ ਬਹਿ ਕੇ ਰੋਂਦਾ ਰਿਹਾ ਏ, ਆਂਦਾ ਮੌਲਾ ਮੇਰੇ ਜੰਮੇ ਹੋ ਕੇ ਮੇਰੇ ਖਿਲਾਫ਼ ਹੋ ਗਏ ਨੇ, ਅੱਜ ਮੇਰੇ ਪੁੱਤਰ ਹੋ ਕੇ ਮੇਰੇ ਖਿਲਾਫ਼ ਹੋ ਗਏ ਨੇ, ਹੈ ਦੁਨੀ ਚੰਦ ਦੇ ਨੌਜਵਾਨੋ, ਸਾਰੀ ਦੁਨੀਆ ਰੁੱਸਦੀ ਏ ਰੁੱਸ ਜਾਏ, ਆਪਣੇ ਪਿਓ ਨੂੰ ਨਾਰਾਜ਼ ਨਾ ਕਰ ਜਾਵੀਂ, ਆਪਣੇ ਬਾਪ ਨੂੰ ਦੁਖੀ ਨਾ ਕਰ ਜਾਵੀਂ, ਇਸੇ ਵਾਸਤੇ ਸੁਲਤਾਨੀ ਕਹਿ ਰਿਹਾ ਏ, ਹੈ ਜਿਹਨੇ ਮਾਂ ਨੂੰ ਸਤਾਇਆ ਹੈ ਦਿਲ ਪਿਓ ਦਾ ਦੁਖਾਇਆ, ਐ ਬੜੇ ਬੜੇ ਪਿਓ ਦੁਖੀ ਮੈਨੂੰ ਫੋਨ ਕਰਦੇ ਨੇ, ਅਗਲੇ ਦਿਨ ਬਾਬਾ ਇੱਕ ਬਾਬੇ ਦਾ ਫੋਨ ਆਇਆ, ਆਂਦਾ ਸੁਲਤਾਨੀ ਤੇਰੀਆਂ ਤਕਰੀਰਾਂ ਸੁਣ ਕੇ ਸਾਰੀ ਰਾਤ ਰੋਣਾ ਵਾ, ਮੈਂ ਕਿਹਾ ਬਾਬਾ ਕੀ ਬਣ ਗਈ ਆ, ਹਾਂਜਾ ਮੇਰੇ 5 ਪੁੱਤਰ ਨੇ, ਅੱਜ ਮੈਨੂੰ ਪੁੱਛਦਾ ਕੋਈ ਨਹੀਂ, ਅੱਜ ਬਾਪ ਨੂੰ ਸੀਨੇ ਲਾਉਂਦਾ ਕੋਈ ਨਹੀਂ, ਅੱਜ ਬਾਪ ਦਾ ਖਰਚਾ ਪੁੱਛਦਾ ਕੋਈ ਨਹੀਂ, ਅੱਜ ਬਾਪ ਦੇ ਹਾਲ ਪੁੱਛਦਾ ਕੋਈ ਨਹੀਂ, ਤਾਂਹੀਓ ਤੇ ਸੁਲਤਾਨੀ ਕਹਿ ਰਿਹਾ ਏ, ਹੈ ਜਿਹਨੇ ਮਾਂ ਨੂੰ ਸਤਾਇਆ ਹੈ ਦਿਲ ਪਿਓ ਦਾ ਦੁਖਾਇਆ, ਇਹਨਾਂ ਦੋਵਾਂ ਨੂੰ ਰੁਲਾਇਆ ਉਹਨੇ ਅਰਸ਼ ਹਿਲਾਇਆ, ਇਹਨਾਂ ਦੋਵਾਂ ਨੂੰ ਰੁਲਾਇਆ, ਮਲਕ ਸਾਹਿਬ ਵੇਖਿਆ ਜੇ, ਇਹਨਾਂ ਦੋਵਾਂ ਨੂੰ ਰੁਲਾਇਆ ਉਹਨੇ ਅਰਸ਼ ਹਿਲਾਇਆ, ਥਾੜੀ ਖੋਲ ਕੇ ਗੌਰਾਨ, ਆਏ ਹਾਏ ਥਾੜੀ ਖੋਲ ਕੇ ਗੌਰਾਨ, ਰੱਬੀ ਰਹਿਮ ਹਮਾ, ਸੁਣੋ ਕੁਰਾਨ ਸੁਣਿਆ ਜੇ, ਰੱਬੀ ਰਹਿਮ ਹਮਾ ਕਮਾ ਰੱਬਾ ਯਾਨੀ ਸਗੀਰਾ, ਪਾੜੀ ਖੋਲ ਕੇ ਗੌਰਾਨ ਹਾਫਜ਼ ਸਾਹਿਬ, ਪਾੜੀ ਖੋਲ ਕੇ ਗੌਰਾਨ, ਕਹਿੰਦਾ ਰੱਬ ਰਹਿਮਾਨ, ਰੱਬਾ ਨਗ ਫਿਰਲੀ ਵਾਲੀ ਵਾਲੀ ਦਈਆ, ਅੱਜ ਸਾਰਾ ਪਿੰਡ ਆਇਆ ਵੇ, ਅੱਜ ਰਿਸ਼ਤੇਦਾਰ ਵੀ ਆਏ ਨੇ, ਅੱਜ ਤੁਹਾਡੇ ਚਾਚੇ ਵੀ ਬੈਠੇ ਆਉਣੇ ਨੇ, ਅੱਜ ਤੁਹਾਡੇ ਤਾਏ ਵੀ ਬੈਠੇ ਆਉਣੇ ਨੇ, ਅੱਜ ਤੁਹਾਡੀ ਬਰਾਦਰੀ ਵੀ ਬੈਠੀ ਆਉਣੀ ਏ, ਇਹ ਹੱਥ ਬੰਨ ਕੇ ਸੁਲਤਾਨੀ ਪਿਆਦਾਰ ਆਪਣੇ ਅੱਬੇ ਦੀ ਦਾੜੀ ਚੁੰਮ ਲਿਆ ਰੇ, ਆਪਣੇ ਬਾਪ ਦੇ ਪੈਰ ਚੁੰਮ ਲਿਆ ਰੇ, ਆਪਣੇ ਬਾਪ ਦੇ ਹੱਥ ਚੁੰਮ ਲਿਆ ਰੇ, ਮਲਕ ਸਾਹਿਬ ਕੈਮਰਾ ਲੱਗਾ ਏ, ਸਾਰੀ ਦੁਨੀਆ ਵੀ ਸੁਣਦੀ ਏ, ਪਾੜੇ ਖੋਲ ਕੇ ਗੌਰਾਨ, ਆਏ ਹਾਏ ਪਾੜੇ ਖੋਲ, ਇੱਧਰ ਵੇਖਿਓ, ਪਾੜੇ ਖੋਲ ਕੇ ਗੌਰਾਨ, ਕਹਿੰਦਾ ਰੱਬ ਰਹਿਮਾਨ, ਪਾੜੇ ਖੋਲ ਕੇ ਗੌਰਾਨ, ਕਹਿੰਦਾ ਰੱਬ ਰਹਿਮਾਨ, ਪਾੜੇ ਖੋਲ ਕੇ ਗੌਰਾਨ, ਕਹਿੰਦਾ ਰੱਬ ਰਹਿਮਾਨ, ਫਰਮਾਨ ਵੱਖਰਾ ਸ਼ਾਨ ਸਭ ਦੀ ਏ ਯਾਰੋ, ਆਪੋ ਆਪਣੀ ਤੇ ਮਾਪਿਆਂ ਦਾ, ਇੱਕ ਵਾਰੀ ਹੱਥ ਬੁਲੰਦ ਕਰਨਾ ਜੀ ਯਾਰ ਮਾਂ ਪਿਓ ਦੇ ਨਾਂ ਤੇ,
ਮਾਪਿਆਂ ਦਾ ਸ਼ਾਨ ਵੱਖਰਾ ਵੱਖਰਾ, ਮਾਪਿਆਂ ਦਾ ਸ਼ਾਨ ਵੱਖਰਾ। ਹੋਏ ਮਲਕ ਮਨਜ਼ੂਰ ਦਿਓ ਪੁੱਤਰੋ, ਹੋਏ ਬਜ਼ੁਰਗੀ ਦੀ ਹਾਲਤ ਵਿੱਚ ਬਾਪ ਟੁਰ ਗਿਆ ਰੇ, ਜਿਹਨੇ ਪਿਓ ਨੂੰ ਸਾਂਭਿਆ ਆਉਣਾ ਵੇ, ਜਿਹਨੇ ਬਾਪ ਦੀਆਂ ਖਿਦਮਤਾਂ ਕੀਤੀਆਂ ਆਉਣੀਆਂ ਨੇ, ਅੱਜ ਬਾਪ ਦੀਆਂ ਦੁਆਵਾਂ ਹੀ ਉਹਨੂੰ ਲੱਗ ਜਾਣੀਆਂ ਨੇ। ਆਜ਼ਮ ਸਾਹਿਬ ਅੱਜ ਪਿਓ ਦੀਆਂ ਦੁਆਵਾਂ ਕੰਮ ਕਰ ਜਾਣਾ ਰੇ। ਇਹ ਮਲਕ ਮਨਜ਼ੂਰ ਸਾਰੀ ਜ਼ਿੰਦਗੀ ਪਿੰਡ ਗੁਜ਼ਾਰ ਕੇ ਟੁਰ ਗਿਆ ਏ, ਬੜੀਆਂ ਮਿਹਨਤਾਂ ਕੀਤੀਆਂ ਆਉਣੀਆਂ ਨੇ, ਬੜੀਆਂ ਮੁਸ਼ਕਿਲਾਂ ਬਰਦਾਸ਼ਤ ਕੀਤੀਆਂ ਆਉਣੀਆਂ ਨੇ। ਬਾਬਾ ਜੀ ਇੱਕ ਪੁੱਤਰ ਪਾਲਣਾ ਔਖਾ ਆਉਂਦਾ ਜੇ, ਹੈ ਜਿੰਨੇ ਚਾਰ ਪਾਲੇ ਨੇ, ਜਿੰਨੇ ਚਵਾਂ ਦੀਆਂ ਸ਼ਾਦੀਆਂ ਕੀਤੀਆਂ ਨੇ, ਜਿੰਨੇ ਚਵਾਂ ਦੇ ਮਕਾਨ ਬਣਾਏ ਆਉਣੇ ਨੇ। ਅੱਜ ਬਾਪ ਕਬਰਸਤਾਨ ਆ ਗਿਆ ਏ, ਅੱਜ ਪੋਤਰੇ ਵੀ ਰੋਂਦੇ ਪਏ ਨੇ। ਹੱਲਾ ਨੌਜਵਾਨਾਂ ਤੇਰਾ ਰੋਣਾ ਕਬੂਲ ਕਰੇ, ਜ਼ਰਾ ਬੱਚੇ ਨੂੰ ਤਸੱਲੀ ਦਿਆ ਰੇ। ਅੱਜ ਪੋਤਰੇ ਵੀ ਰੋਂਦੇ ਨੇ, ਅੱਜ ਭਤੀਜੇ ਵੀ ਰੋਂਦੇ ਨੇ, ਅੱਜ ਦਾਦਾ ਆਉਂਦਾ ਤੇ ਬੜੀਆਂ ਰੌਣਕਾਂ ਆਉਂਦੀਆਂ। ਹੱਲਾ ਦੀ ਕਸਮ ਤੂੰ ਨੀ ਚੰਦ ਵਾਲਿਆ, ਸਦਾ ਇਹਨਾਂ ਤੇਰੇ ਵਿਹੜੇ ਨਹੀਂ ਰਹਿਣਾ, ਸਦਾ ਇਹਨਾਂ ਦੀਆਂ ਖੁਸ਼ਬੂਆਂ ਤੇਰੇ ਵਿਹੜੇ ਨਹੀਂ ਰਹਿਣੀਆਂ, ਸਦਾ ਇਹਨਾਂ ਦੇ ਮਾਲ ਤੇਰੇ ਕੋਲ ਨਹੀਂ ਰਹਿਣੇ। ਹਾਏ ਮੰਜੀਆਂ ਵੇਖ ਵੇਖ ਰੋਵੇਂਗਾ, ਹੈ ਰੋਣ ਵਾਲਿਓ ਅੱਲਾ ਤੁਹਾਡੇ ਅਥਰੋ ਕਬੂਲ ਕਰੇ। ਮਲਕ ਆਦਮ ਤੇਰੇ ਬੰਦਿਆਂ ਦੇ ਅਥਰੋ ਆ ਗਏ, ਸਦਾ ਇਹਨਾਂ ਤੇਰੀ ਰੌਣਕ ਨਹੀਂ ਬਣਨੀ, ਸਦਾ ਤੇਰੀਆਂ ਸ਼ਾਦੀਆਂ ਵਿੱਚ ਸ਼ਾਮਲ ਨਹੀਂ ਆਉਣਗੇ, ਸਦਾ ਤੇਰੀਆਂ ਈਦਾਂ ਵਿੱਚ ਸ਼ਾਮਲ ਨਹੀਂ ਆਉਣਗੇ, ਸਦਾ ਤੇਰੇ ਫੰਕਸ਼ਨਾਂ ਵਿੱਚ ਪਿਓ ਨਹੀਂ ਆਏਗਾ, ਸਦਾ ਤੇਰੇ ਵਿਹੜੇ ਹੈ ਰੋਣ ਵਾਲਿਆ ਅੱਲਾ ਤੇਰੇ ਅਥਰੋ ਕਬੂਲ ਕਰੇ। ਤੇਰੇ ਪੁੱਤਰਾਂ ਦੀਆਂ ਸ਼ਾਦੀਆਂ ਆਉਣੀਆਂ ਨੇ, ਦਾਦਾ ਨਹੀਂ ਆਏਗਾ, ਤੇਰੇ ਪੁੱਤਰਾਂ ਦੀਆਂ ਸ਼ਾਦੀਆਂ ਆਉਣੀਆਂ ਨੇ, ਦਾਦੀ ਨਹੀਂ ਆਏਗੀ। ਹੈ ਚੱਲਿਆ ਇਹ ਖੁਸ਼ਬੋਜ ਇਹਨਾਂ ਨੂੰ ਸੀਨੇ ਲਾ ਲਿਆ ਰੇ, ਜਦੋਂ ਬਾਪ ਦਾ ਜਨਾਜ਼ਾ ਉੱਠਦਾ ਏ, ਸਜਣਾ ਲੋਕੀ ਯਤੀਮ ਕਹਿੰਦੇ ਨੇ, ਸਜਣਾ ਲੋਕੀ ਧੱਕੇ ਮਾਰਦੇ ਨੇ। ਮੈਂ ਯਤੀਮਾਂ ਨੂੰ ਗਲੀਆਂ ਵਿੱਚ ਰੁਲਦਿਆਂ ਵੇਖਿਆ ਏ, ਮਲਕ ਸਾਹਿਬ ਟਾਈਮ ਥੋੜ੍ਹਾ ਜੇ, ਮੈਂ ਯਤੀਮਾਂ ਨੂੰ ਦੁਖੀ ਆਉਂਦਿਆਂ ਵੇਖਿਆ ਏ। ਹੋਏ ਸੱਕੇ ਚਾਚੇ ਵੀ ਬੂਹੇ ਬੰਦ ਕਰ ਲੈਂਦੇ ਨੇ, ਸੱਕੇ ਮਾਮੇ ਵੀ ਦਰਵਾਜ਼ੇ ਬੰਦ ਕਰ ਲੈਂਦੇ ਨੇ। ਹੋਏ ਯਤੀਮਾਂ ਦੇ ਵਿਹੜੇ ਕੋਈ ਨਹੀਂ ਆਉਂਦਾ, ਹੋਏ ਯਤੀਮਾਂ ਦੇ ਹਾਲ ਕੋਈ ਨਹੀਂ ਪੁੱਛਦਾ, ਹੋਏ ਯਤੀਮਾਂ ਨਾਲ ਰਿਸ਼ਤੇਦਾਰੀ ਕੋਈ ਨਹੀਂ ਕਰਦਾ। ਹੋਏ ਇਹਨਾਂ ਯਤੀਮਾਂ ਭਤੀਜੀਆਂ ਨੂੰ ਪੁੱਛਿਆ ਰੇ, ਇੱਧਰ ਬਾਬਾ ਜੁਮਲੇ ਸੁਣਿਆ ਰੇ, ਜਿਹੜੀਆਂ ਈਦ ਵਾਲੇ ਦਿਨ ਬਾਪ ਦੀ ਕਬਰ 'ਤੇ ਜਾ ਕੇ, ਮਲਕ ਸਾਹਿਬ ਮੇਰੇ ਵੱਲ ਵੇਖੀ, ਜਿਹੜਾ ਬਾਪ ਦੀ ਕਬਰ 'ਤੇ ਜਾ ਕੇ ਹਾਜੀ ਚਾਰੇ ਪਰਾ ਖਤਮ ਤੋਂ ਬਾਅਦ ਜਾਇਆ ਰੇ, ਆਖਿਆ ਜੇ ਅੱਬੂ ਜੀ ਮਾਫੀ ਦੇ ਦਿਆ ਰੇ, ਅਸੀਂ ਉਂਝ ਖਿਦਮਤਾਂ ਨਹੀਂ ਜੇ ਕਰ ਸਕੇ, ਅੱਬੂ ਜੀ ਬੇੜਾ ਸਾਡਾ ਲੁੱਟ ਗਏ ਹੋ, ਅੱਬੂ ਜੀ ਬਹਾਰਾਂ ਨਾਲ ਲੈ ਗਏ ਹੋ, ਅੱਬੂ ਜੀ ਵੱਡਾ ਬਾ ਵੀ ਰੋਂਦਾ ਪਿਆ ਰੇ, ਅੱਬੂ ਜੀ ਛੋਟਾ ਵੀਰ ਵੀ ਰੋਂਦਾ ਪਿਆ ਏ। ਹਾਏ ਤੁਨੀ ਚੰਦ ਵਾਲਿਓ ਸਾਰੇ ਵੀਰ ਪੇ ਰੋਂਦੇ ਨੇ, ਰੋ ਰੋ ਕੇ ਆਉਂਦੇ ਨੇ, ਹਮ ਰਹਿ ਗਏ ਹੈ ਤਨਹਾ ਬਾਬਾ, ਇੱਧਰ ਵੇਖੋ ਯਾਰ, ਹਮ ਰਹਿ ਗਏ ਹੈ ਤਨਹਾ ਬਾਬਾ। ਹੈ ਮਲਕ ਆਜ਼ਮ ਵੀ ਰੋ ਰਿਹਾ ਸਾਹਮਣੇ, ਆ ਵੱਡਾ ਵੀਰ ਵੀ ਰੋਂਦਾ ਪਿਆ ਏ, ਬਾਬਾ ਪੁੱਤਰਾਂ ਵਾਲਾ ਬੈਠਾ ਹੋਇਆ ਅਜੇ ਵੀ ਅੱਬੇ ਦੀ ਯਾਦ ਵਿੱਚ ਪਿਆ ਰੋਂਦਾ ਏ। ਹੇ ਇਹਨੂੰ ਪਤਾ ਮੇਰਾ ਬਚਪਨ ਕਿਵੇਂ ਗੁਜ਼ਰਿਆ ਏ, ਹੋਏ ਮੇਰਾ ਅੱਬਾ ਮੈਨੂੰ ਕਿਵੇਂ ਚੁੱਕ ਕੇ ਖਡਾਉਂਦਾ ਰਿਹਾ ਏ, ਹੋਏ ਮੇਰਾ ਬਾਪ ਮੈਨੂੰ ਮੋਢਿਆਂ 'ਤੇ ਚੁੱਕਦਾ ਰਿਹਾ ਏ। ਹਮ ਰਹਿ ਗਏ ਹੈ ਤਨਹਾ ਬਾਬਾ, ਅੱਜ ਦੇ ਦਿਲ ਵਿੱਚ ਦਰਦ ਉਹ ਹੀ ਰੋਵੇਗਾ। ਹਮ ਰਹਿ ਗਏ ਹੈ ਤਨਹਾ ਬਾਬਾ, ਇੱਧਰ ਵੇਖੋ ਮਲਕ ਸਾਹਿਬ, ਹਮ ਰਹਿ ਗਏ ਹੈ
ਤਨਹਾ ਬਾਬਾ ਇੱਕ ਵਾਰ ਤੂੰ ਲੋਟ ਗਿਆ ਬਾਬਾ। ਹੋਏ ਜਿਹੜੇ ਛੋਟੀਆਂ ਛੋਟੀਆਂ ਯਤੀਮ ਹੋ ਗਏ ਨੇ ਉਹਨਾਂ ਨੂੰ ਪੁੱਛੋ ਪਿਓ ਦੀ ਕਦਰ ਕੀ ਆਉਂਦੀ ਏ। ਹੋਏ ਮਾਵਾਂ ਸਾਂਭਦੀਆਂ ਰਹਿ ਗਈਆਂ ਨੇ ਆਂਦੀਆਂ ਨੇ ਪੁੱਤਰੋ ਰੋਇਓ ਨਾ ਤੁਹਾਡਾ ਬਾਪ ਟੁਰ ਗਿਆ ਜੇ ਤੁਹਾਡਾ ਬਾਪ ਛੱਡ ਗਿਆ ਜੇ ਹਮ ਰਹਿ ਗਏ ਹੈ ਤਨਹਾ ਬਾਬਾ। ਐ ਸੂਫੀ ਸਾਹਿਬ ਬੈਠੇ ਹੋਏ ਨੇ ਪੁੱਛੋ ਇਹਨਾਂ ਨੂੰ ਕਿਤੇ ਪਿੱਛੇ ਪੇ ਦੌੜ ਲਾਉਂਦੇ ਹੋ ਬੜੇ ਬੜੇ ਪਿੰਡਾਂ 'ਚ ਗਏ ਹੋ ਪੁੱਤਰਾਂ ਪਿੱਛੇ ਦੌੜਾਂ ਲੱਗੀਆਂ ਹੋਈਆਂ ਨੇ ਔਲਾਦਾਂ ਪਿੱਛੇ ਬਾਪ ਰੁੱਲ ਗਏ ਨੇ ਔਲਾਦਾਂ ਪਿੱਛੇ ਸਾਊਦੀਆ ਪਿਆ ਰੁੱਲਦਾ ਏ। ਹੋਏ ਰਾਤ ਦੀ ਰੋਟੀ ਸੁਬਾਹ ਪਿਆ ਖਾਂਦਾ ਜੇ ਹੋਏ ਥੋੜ੍ਹੇ ਥੋੜ੍ਹੇ ਰਿਆਲ ਜਮ੍ਹਾਂ ਪਿਆ ਕਰਦਾ ਏ। ਆਂਦਾ ਮੇਰੇ ਬੱਚਿਆਂ ਦੇ ਕੰਮ ਆਉਣਗੇ ਹੋਏ ਮੇਰੇ ਪੁੱਤਰਾਂ ਦੇ ਕੰਮ ਆਉਣਗੇ। ਹੋਏ ਦੁਨੀ ਚੰਦ ਦੀ ਉਹ ਮਲਕੋ ਜੁਮਲੇ ਸੁਣਿਆ ਨੇ ਹਮ ਰਹਿ ਗਏ ਹੈ ਤਨਹਾ ਬਾਬਾ ਇੱਕ ਵਾਰ ਤੂੰ ਲੋਟ ਗਿਆ ਬਾਬਾ ਇੱਕ ਵਾਰ ਤੂੰ ਲੋਟ ਗਿਆ ਜੀ। ਇੱਧਰ ਤਵੱਜੋ ਅੱਬੇ ਦੇ ਸਾਹਮਣੇ ਉੱਚੀ ਨਾ ਬੋਲੀ ਤੇ ਜਿਹੜਾ ਪਿਓ ਨੂੰ ਗਿਰੇ ਬਾਂਹ ਤੂੰ ਫੜ ਲੈ। ਜਿਹੜਾ ਬੁੱਢੀ ਦੇ ਸਾਹਮਣੇ ਅੱਬੇ ਨੂੰ ਕਰੋੜ ਕਰੋੜ ਗਾਲਾਂ ਕੱਢੇ ਤੇ ਆਖੇ ਅੱਬਾ ਮੇਰੇ ਘਰੋਂ ਨਿਕਲ ਜਾ, ਮੈਂ ਆਖਿਆ ਲੱਖ ਲਾਣ ਤੇ ਉਸ ਪੁੱਤਰ ਤੇ, ਉਹ ਜਿਹੜਾ ਵਾਰਸ ਹੈ ਘਰ ਦਾ ਉਹਨੂੰ ਪਿਓ ਘਰੋਂ ਕੱਢਣਾ। ਜਿਹੜਾ ਵਾਰਸ ਹੈ ਘਰ ਦਾ ਉਹ ਜਿਹਨੇ ਮਕਾਨ ਬਣਾ ਕੇ ਦਿੱਤੇ ਉਹਨੂੰ ਪਿਆ ਘਰੋਂ ਕੱਢਣਾ, ਉਹਦੇ ਨਾਲ ਸ਼ਿਕਵੇ ਪਿਆ ਕਰਨਾ, ਸ਼ਿਕਾਇਤਾਂ ਪਿਆ ਕਰਨਾ। ਤੇ ਫਿਰ ਪਤਾ ਕੀ ਆਉਂਦੇ ਨੇ ਜਦੋਂ ਜਵਾਨ ਹੋ ਜਾਣ, ਅੱਬੇ ਨੇ ਤਾਂ ਕੁਝ ਨਹੀਂ ਕੀਤਾ ਜੇ ਅਸੀਂ ਨਾ ਬਾਹਰ ਜਾਂਦੇ। ਇਹ ਮੈਂ ਤੁਹਾਨੂੰ ਪਿੰਡ ਦੀਆਂ ਗੱਲਾਂ ਪਿਆ ਦੱਸਣਾ। ਅੱਬੇ ਨੇ ਕੁਝ ਨਹੀਂ ਕੀਤਾ ਜੇ ਅਸੀਂ ਸਾਊਦੀਆ ਨਾ ਜਾਂਦੇ ਤੇ ਕੁਝ ਵੀ ਨਹੀਂ ਸੀ ਬਣਨਾ। ਮੈਂ ਇੱਕ ਨੂੰ ਆਖਿਆ, ਮੈਂ ਕਿਹਾ ਇਧਰ ਆ, ਕਹਿੰਦਾ ਜੀ ਕਰ ਸਾ। ਮੈਂ ਕਿਹਾ ਕੀ ਬਿਆਨ ਆਉਂਦਾ, ਅੱਬੇ ਨੇ ਤਾਂ ਕੁਝ ਨਹੀਂ ਕੀਤਾ, ਚਾਚੇ ਵੇਖ ਬਣਾ ਗਏ ਨੇ ਸਾਰਾ ਕੁਛ, ਸਾਡੇ ਅੱਬੇ ਨੇ ਕੁਛ ਨਹੀਂ ਕੀਤਾ। ਮੈਂ ਕਿਹਾ ਮੈਨੂੰ ਦੱਸ ਅੱਬੇ ਨੇ ਕੁਛ ਨਹੀਂ ਕੀਤਾ ਤੇ ਸਾਊਦੀਆ ਕਿੰਨੇ ਟੋਰਿਆ ਤੈਨੂੰ? ਤਵੱਜੋ ਕਰੋ ਮਿਹਰਬਾਨੀ ਕਰਕੇ। ਹੈ ਇਹ ਸਾਊਦੀਆ ਅਗਲੇ ਨੇ ਜ਼ਮੀਨਾਂ ਵੇਚ ਕੇ, ਜਾਇਦਾਦ ਵੇਚ ਕੇ, ਹਰ ਚੀਜ਼ ਵੇਚ ਕੇ, ਬਾਬਾ ਜੀ ਤਵੱਜੋ ਫਰਮਾਇਆ ਜੇ, ਹਰ ਚੀਜ਼ ਕੁਰਬਾਨ ਕਰਕੇ ਤੇ ਉਹਨੇ ਪੁੱਤਰ ਨੂੰ ਸਾਊਦੀਆ ਭੇਜਿਆ। ਅੱਜ ਪੁੱਤਰ ਸਾਊਦੀਆ ਜਾ ਕੇ ਤੇ ਅੱਬੇ ਦੇ ਨਾਂ ਦੇ ਪੈਸੇ ਵੀ ਨਹੀਂ ਟੋਰਦਾ, ਬੁੱਢੀ ਦੇ ਨਾਂ ਦੇ ਟੋਰਦਾ ਜੇ। ਕਹਿੰਦਾ ਅੱਬਾ ਸੰਭਾਲਦਾ ਨਹੀਂ। ਮੈਂ ਕਿਹਾ ਜਿਹਨੇ ਤੁਹਾਨੂੰ ਸੰਭਾਲ ਲਿਆ ਤੁਹਾਡੇ ਪੈਸੇ ਨਹੀਂ ਸੰਭਾਲ ਸਕਦਾ? ਤਵੱਜੋ ਕਰੋ ਮਿਹਰਬਾਨੀ ਕਰੋ, ਮਿਹਰਬਾਨੀ ਜਨਾਬ, ਬਹੁਤ ਸ਼ੁਕਰੀਆ। ਉਹ ਜਿਹਨੇ ਪੁੱਤਰਾਂ ਨੂੰ ਸਾਂਭ ਲਿਆ ਉਹਨਾਂ ਕੋਲ ਪੈਸੇ ਨਹੀਂ ਪੇ ਸਾਂਭੇ ਜਾਂਦੇ? ਸਿਰਫ ਗੱਲ ਕੀ ਹੈ, ਮੇਰੇ ਨਾਲ ਨਾਰਾਜ਼ ਨਾ ਹੋਇਆ ਜੇ ਵੀਡੀਓ ਕੈਮਰੇ ਲੱਗੇ ਨੇ, ਬੁੱਢੀਆਂ ਅੱਗੇ ਮੇਰੇ ਬੜੇ ਖਿਲਾਫ਼ ਨੇ ਵੀ ਮੌਲਵੀ ਸਾਡੇ ਖਿਲਾਫ਼ ਤਕਰੀਰ ਕਰਦਾ। ਮੈਂ ਕਿਹਾ ਤੁਹਾਡੇ ਖਿਲਾਫ਼ ਮੈਂ ਤਕਰੀਰ ਨਹੀਂ ਕਰਦਾ, ਜਿਹੜੀਆਂ ਭੈੜੀਆਂ ਨੇ ਮੈਂ ਉਹਨਾਂ ਦੇ ਖਿਲਾਫ਼ ਤਕਰੀਰ ਕਰਦਾ। ਇੱਧਰ ਤਵੱਜੋ ਬਾਬਾ ਜੀ, ਨੂੰਹ ਜੋ ਆਈ ਹੈ ਘਰ, ਅਜੇ 6 ਮਹੀਨੇ ਨਹੀਂ ਹੋਏ ਪੁੱਤਰ ਦੀ ਸ਼ਾਦੀ ਨੂੰ, ਤੇ ਨੂੰਹ ਆਖੇ ਵੀ ਮੈਂ ਤੇਰੇ ਅੱਬੇ ਅੰਮਾ ਨਾਲ ਰਹਿਣਾ ਹੀ ਨਹੀਂ। ਦੱਸੋ ਹੁਣ ਜਿਹਨੇ ਚਾਵਾਂ ਨਾਲ ਸ਼ਾਦੀ ਕੀਤੀ, ਹੈਂ, ਜਿਹੜਾ ਬਾਬਾ ਪੱਗ ਬਣ ਕੇ ਗਿਆ ਮੈਰਿਜ ਹਾਲ 'ਚ ਪੁੱਤਰ ਦਾ ਨਿਕਾਹ ਪਿਆ ਕਰਦਾ, ਉਹ ਹੀ ਨੂੰਹ ਆਈ ਇੱਥੇ ਆਉਂਦੀ, ਮੈਂ ਨਹੀਂ ਰਹਿਣਾ ਤੇਰੇ ਅੱਬੇ ਨਾਲ, ਮੈਂ ਨਹੀਂ ਰਹਿਣਾ ਤੇਰੀ ਮਾਂ ਨਾਲ, ਹੁਣ ਦੱਸ ਉਹ ਚੰਗੀ ਹੈ? ਉਹ ਬੋਲੋ ਤਾਂ ਸਹੀ ਯਾਰ, ਨਾਰਾਜ਼ ਤਾਂ ਨਹੀਂ ਹੋ ਗਏ? ਉਹ ਬੜੀ ਦੂਰ ਬੁੱਢੀਆਂ ਬੈਠੀਆਂ ਨੇ, ਇਹਨਾਂ ਨਾਲ ਡਰੋ, ਮੈਂ ਪਿਆ ਗੱਲ ਕਰਨਾ। ਇੱਧਰ ਵੇਖੋ ਬਾਬਾ, ਉਸ ਬੀਵੀ ਦਾ ਕੀ ਹੱਕ ਬਣਦਾ ਸੀ? ਇੱਧਰ ਤਵੱਜੋ ਕਰ, ਉਹ ਬੁੱਢੀ ਖੁਦ ਕਹਿੰਦੀ ਆਪਣੇ ਖਾਵੰਦ ਨੂੰ, ਅਗਰ ਇੱਕ ਦਿਨ ਉਹਨੇ ਮਾਂ ਪਿਓ ਨੂੰ ਨਹੀਂ ਸੀ ਨਾ ਕੁੱਟਿਆ ਤੇ ਬੀਵੀ ਦੇ ਕਮਰੇ 'ਚ ਟੁਰ ਗਿਆ ਸੀ ਤੇ ਉਹਨੂੰ ਫੜ ਕੇ ਲੈ ਕੇ ਵਾਪਸ ਆਉਂਦੀ, ਆ ਕੇ ਆਉਂਦੀ ਅੰਮਾ ਦੇ ਪੈਰ ਦਬਾ। ਇਹ ਤਕਰੀਰ ਹੈ, ਇਹ ਨਸੀਹਤ ਹੈ, ਅੰਮਾ ਦੇ ਪੈਰ ਦਬਾ, ਅੱਬੇ ਦੇ ਪੈਰ ਦਬਾ। ਅੱਲਾਹ ਦੀ ਕਸਮ ਉਠਾ ਕੇ ਨਾ ਮਲਕ ਸਾਹਿਬ, ਜਿਹੜੀਆਂ ਨੂੰਹਾਂ ਸੱਸ ਸਹੁਰੇ ਦੀ ਖਿਦਮਤ ਕਰ ਜਾਂਦੀਆਂ ਜਿਹੜਾ ਉਂਝ ਹੁੰਦੀ ਔਖੀ ਹੈ,
ਤਕਰੀਰ ਕਰਨੀ ਸੌਖੀ ਹੈ, ਹੁੰਦੀ ਔਖੀ ਹੈ। ਜਿਹੜੀਆਂ ਨੂੰਹਾਂ ਸੱਸ ਸਹੁਰੇ ਦੀ ਸੇਵਾ ਕਰ ਜਾਂਦੀਆਂ ਜੇ ਨਾ, ਗੱਲਾਂ ਸੁਣ ਕੇ ਵੀ ਉਹ ਤਰ ਜਾਂਦੀਆਂ ਜੇ, ਅਤੇ ਜਿਹੜੀਆਂ ਜਾਨ ਛੁਡਾਉਂਦੀਆਂ ਜੇ ਨਾ, ਉਹ ਡੁੱਬ ਜਾਂਦੀਆਂ ਜੇ। ਇਹ ਮੇਰੀ ਗੱਲ ਯਾਦ ਰੱਖ ਲੈ, ਲੋਹੇ 'ਤੇ ਲਕੀਰ ਹੀ, ਤੇਰੇ ਦਿਲ 'ਤੇ ਲਕੀਰ ਲਾ ਚੱਲਾ। ਉਸ ਔਰਤ ਨੂੰ, ਉਸ ਮੇਰੀ ਮਾਂ ਨੂੰ, ਉਸ ਮੇਰੀ ਭੈਣ ਨੂੰ ਮੈਂ ਸਲਾਮ ਕਰਨਾ ਜਿਹਨੇ ਇਹ ਨਹੀਂ ਵੇਖਿਆ ਕਿ ਬਿਸਤਰ 'ਤੇ ਪਿਸ਼ਾਬ ਕੀਤਾ ਹੈ, ਹੈਂ, ਇਹਨੇ ਖੰਘ ਸੁੱਟੀ ਹੈ, ਇਹਨੇ ਖੰਘਾਰ ਸੁੱਟਿਆ ਵਿਹੜੇ, ਚੱਲਿਓ ਇੱਧਰ ਵੇਖੋ ਇਹ ਖੁਸ਼ਬੂਆਂ ਨੇ। ਮਾਂ ਪਿਓ ਇਹ ਸਦਾ ਨਹੀਂ ਰਹਿਣੇ, ਫਿਰ ਕੀ ਕਰੇਗਾ? ਪੂਰੀ ਸਬਜ਼ ਮੰਡੀ ਦੇ ਫਰੂਟ ਵੀ ਲੈ ਆਵੇਗਾ, ਅੱਬਾ ਰਾਜ਼ੀ ਹੋ ਜਾਏਗਾ, ਅੰਮਾ ਰਾਜ਼ੀ ਹੋ ਜਾਏਗੀ। ਉਹ ਤਾਂ ਦੁਖੀ, ਤੇਰੇ ਤੂੰ ਮਰ ਗਈ ਹੈ, ਉਹ ਤਾਂ ਦੁਖੀ ਤੁਰ ਗਿਆ ਕਿ ਮੇਰੇ ਪੁੱਤਰ ਮੈਨੂੰ ਪੁੱਛਦੇ ਨਹੀਂ, ਅਤੇ ਮੌਲਵੀ ਮੇਰੇ ਤੋਂ ਵੀ ਵੱਡਾ ਬੁਲਾਲਾ ਹੈ, ਹੈਂ, ਮੇਰੇ ਤੋਂ ਵੀ ਵੱਡਾ ਬੁਲਾਲਾ, ਦੇਗਾ 100 ਛੱਡ ਕੇ 200 ਪਕਾਲਾ ਹੈ। ਉਹ ਕਬਰ ਵਿੱਚ ਅਜੇ ਵੀ ਨਾਰਾਜ਼ ਹੈ ਕਿ ਮੇਰੇ ਪੁੱਤਰ ਮੇਰੀ ਖਿਦਮਤ ਨਹੀਂ ਕੀਤੀ, ਮੇਰੇ ਪੁੱਤਰਾਂ ਮੇਰੀ ਸੇਵਾ ਨਹੀਂ ਕੀਤੀ। ਬਾਬਾ ਜੀ ਗੱਲ ਮੁੱਕ ਗਈ, ਟਾਈਮ ਮੁਕੰਮਲ ਹੋ ਗਿਆ। ਇਸ ਵਾਸਤੇ ਅਲਲ ਐਲਾਨ ਸਾਰੀ ਤਕਰੀਰ ਦਾ ਨਿਚੋੜ ਹੈ ਜੇ। ਇੱਧਰ ਵੇਖੋ, ਮਾਂ ਪਿਓ ਜਿਹੋ ਜਿਹਾ ਵੀ ਹੋਵੇ ਉਹਨੂੰ ਸਾਂਭ ਲਵੋ। ਕਈ ਆਉਂਦੇ ਨੇ ਨਾ, ਕਈ ਸ਼ਿਕਾਇਤਾਂ ਕਰਦੇ, ਉਹ ਮੇਰਾ ਅੱਬਾ ਬੜਾ ਡੱਡ ਹੈ। ਮੈਂ ਕਿਹਾ ਤੂੰ ਅੱਬੇ ਤੂੰ ਵੀ ਡੱਡ ਹੈ, ਮੇਰੀ ਅੰਮਾ ਬੜੀ ਡਾਡੀ ਹੈ, ਬਰਦਾਸ਼ਤ ਨਹੀਂ ਕਰਦੀ। ਉਹ ਮੈਂ ਕਿਹਾ ਚੱਲਿਆ, ਜਿਵੇਂ ਤੂੰ ਵੀ ਛੋਟਾ ਹੁੰਦਾ ਸਰ, ਤੂੰ ਵੀ ਬੜਾ ਡਾਡਾ ਸੈ, ਤੈਨੂੰ ਵੀ ਮਾਂ ਬਰਦਾਸ਼ਤ ਕਰਦੀ ਰਹੀ ਹੈ। ਮਲਕ ਸਾਹਿਬ ਕਿੰਨਾ ਸ਼ੋਰ ਪਾਉਂਦੇ ਹਨ ਬੱਚੇ, ਇਹ ਤੁਹਾਡੇ ਵੀ ਬੱਚੇ ਬੈਠੇ ਨੇ, ਇਹ ਪਿਓ ਥੱਕਿਆ ਆਵੇ ਨਾ, ਥੱਕਿਆ ਅਤੇ ਬੱਚੇ ਰੌਲਾ ਪਾਉਂਦੇ ਹੋਣ ਤਾਂ ਪਿਓ ਘਰੋਂ ਬਾਹਰ ਕੱਢ ਛੱਡਦਾ। ਦੱਸੋ ਮੈਨੂੰ, ਬੋਲੋ ਤਾਂ ਸਹੀ ਯਾਰ, ਕੋਈ ਮੇਰੇ ਨਾਲ ਹਾਂ ਅਤੇ ਹਾਂ ਮਿਲਾਓ, ਮੈਨੂੰ ਪਤਾ ਲੱਗੇ। ਉਹ ਬਾਪ ਘਰੋਂ ਬਾਹਰ ਕੱਢ ਛੱਡਦਾ, ਨਹੀਂ ਆਪਣੇ ਸੀਨੇ 'ਤੇ ਲਟਾਉਂਦਾ। ਕੋਈ ਅੱਬੇ ਨੂੰ ਠੁੱਡੇ ਪਿਆ ਮਾਰਦਾ, ਕੋਈ ਅੱਬੇ ਨੂੰ ਮੁੱਕੇ ਪਿਆ ਮਾਰਦਾ, ਕੋਈ ਚਪੇੜਾਂ ਪਿਆ ਮਾਰਦਾ, ਅੱਬਾ ਖੁਸ਼ ਪਿਆ ਹੁੰਦਾ। ਮੈਂ ਕਿਹਾ ਚੱਲਿਆ, ਇਹ ਜਿਵੇਂ ਤੇਰੇ ਪੁੱਤਰ ਸ਼ੋਰ ਕਰਨ ਤਾਂ ਤੂੰ ਘਰੋਂ ਬਾਹਰ ਨਹੀਂ ਕੱਢਦਾ। ਅੱਜ ਅੱਬੇ ਨੇ ਇੱਕ ਗੱਲ ਕੀਤੀ ਅਤੇ ਕਹਿੰਦਾ ਅੱਬਾ ਹਵੇਲੀ ਜਾ ਕੇ ਰੌਲਾ ਪਾਵੀਂ, ਮੇਰੇ ਘਰ ਨਾ ਪਾਵੀਂ, ਮੇਰੇ ਘਰ ਉੱਚੀ ਨਾ ਬੋਲੀ। ਮੈਂ ਕਿਹਾ ਚੱਲਿਆ, ਇਹ ਬਜ਼ੁਰਗ ਰੋਏ, ਅੱਲਾ ਦੀ ਇੱਜ਼ਤ ਦੀ ਕਸਮ ਹੈ, ਜਿੰਨਾ ਮਰਜ਼ੀ ਵੀ ਬਾਪ ਰੌਲਾ ਪਾਵੇ, ਹਾਂ ਆਪਣੇ ਅੱਬੇ ਨੂੰ ਅੱਬਾ ਜੀ ਮੈਨੂੰ ਗਾਲਾਂ ਕੱਢੋ, ਮੈਨੂੰ ਝਿੜਕਾਂ ਮਾਰੋ। ਇਹ ਕਈ ਵਾਰੀ ਬਾਬੇ ਵਡੇਰੇ ਹੋ ਜਾਣ ਅਤੇ ਐਵੇਂ ਗਾਲਾਂ ਪੇ ਕੱਢ ਦੇਣ, ਉਹ ਤੇਰੀ ਐਸੀ ਦੀ ਤੈਸੀ, ਉਹ ਤੈਨੂੰ ਇੰਜ ਕਰ ਦਿਆਂਗੇ। ਇੱਧਰ ਵੇਖਿਓ, ਇਹ ਵੀ ਖੁਸ਼ ਨਸੀਬ ਪੁੱਤਰਾਂ ਨੂੰ ਮਿਲਦੀਆਂ ਜੇ, ਜਿਨ੍ਹਾਂ 'ਤੇ ਨਹੀਂ ਨਾ, ਉਹਨਾਂ ਨੂੰ ਨਹੀਂ ਮਿਲਦੀਆਂ। ਅਤੇ ਦੂਸਰੇ ਨੰਬਰ 'ਤੇ ਹਜ਼ਰਾਤ, ਇੱਧਰ ਵੇਖੋ, ਨਮਾਜ਼ ਅਤੇ ਵਾਲਦੈਨ ਦੀ ਖਿਦਮਤ, ਇਹ ਦੋ ਚੀਜ਼ਾਂ। ਜੇ ਨਮਾਜ਼ ਨਹੀਂ ਨਾ ਪੜ੍ਹਨੀ ਤਾਂ ਫਿਰ ਫਾਇਦਾ ਵੀ, ਜੇ ਮਾਂ ਪਿਓ ਦੀ ਖਿਦਮਤ ਨਹੀਂ ਕਰਨੀ ਤਾਂ ਫਾਇਦਾ ਵੀ। ਆਉਂਦਾ ਅਗਲੇ ਦਿਨ ਮੈਨੂੰ ਆਉਂਦਾ ਮੇਰਾ ਚਾਚਾ ਮੈਨੂੰ ਸਾਂਭਦਾ ਪਿਆ। ਮੈਂ ਕਿਹਾ ਅੱਬਾ ਕਿੱਥੇ? ਕਹਿੰਦਾ ਅੱਬੇ ਨੇ ਤਾਂ ਕਦੇ ਸਾਡੀ ਆਵਾਜ਼ ਨਹੀਂ ਲਈ। ਮੈਂ ਕਿਹਾ ਤੁਸਾਂ ਲਈ ਹੈ? ਓਏ ਬਾਬਾ, ਜਿਸ ਤਰ੍ਹਾਂ ਕਰੋਗੇ ਤਾਂ ਵੈਸਾ ਭਰੋਗੇ ਨਾ, ਜਿੰਨਾ ਤੂੰ ਪਿਆਰ ਕਰੇਗਾ। ਅੱਜ ਇਹ ਹੀ ਤਾਂ ਸ਼ਿਕਵੇ ਸ਼ਿਕਾਇਤਾਂ ਨੇ ਮਲਕ ਆਜ਼ਮ ਸਾਹਿਬ, ਇਹ ਹੀ ਹੈ। ਇਹ ਅੱਬਾ ਵੱਡੇ ਪੁੱਤਰ ਦੇ ਪੁੱਤਰਾਂ ਨੂੰ ਚੁੰਮਦਾ, ਸਾਡਿਆਂ ਨੂੰ ਨਹੀਂ ਫੜਦਾ, ਸਾਡਿਆਂ ਨੂੰ ਚੀਜ਼ ਲੈ ਕੇ ਨਹੀਂ ਦਿੰਦਾ। ਮੈਂ ਕਿਹਾ ਪੁੱਤਰ, ਉਹ ਵੱਡਾ ਵੀ ਅੱਬੇ ਨਾਲ ਬੜਾ ਕਰਦਾ। ਓਏ ਜਿਹੜਾ ਮਾਂ ਪਿਓ ਨਾਲ ਕਰੇ ਨਾ ਬਾਬਾ ਜੀ, ਮਾਂ ਪਿਓ ਨੂੰ ਉਹਦੀ ਔਲਾਦ ਹੀ ਚੰਗੀ ਲੱਗਦੀ ਜੇ। ਉਹ ਬਜ਼ੁਰਗ ਆਉਂਦੇ ਹੁੰਦੇ ਸਨ, ਜਿਸ ਚੁੱਲ੍ਹ 'ਤੇ ਬਹੀਏ ਸੇਕ, ਇਹਦਾ ਕੀ ਮਤਲਬ ਹੈ? ਮੈਂ ਸੁਣਿਆ ਸੀ ਤਾਂ ਹੁਣ ਸਮਝ ਆਈ ਹੈ ਮੈਨੂੰ, ਵੀ ਜਿਸ ਚੁੱਲ੍ਹ 'ਤੇ ਬਹੀਏ ਸੇਕ, ਉਹ ਜਿਹਦੇ ਘਰ ਉਹਨਾਂ ਰੋਟੀ ਖਾਣੀ ਹੈ, ਜਿਹਨੇ ਪਕਾ ਧੋ ਕੇ ਦੇਣਾ, ਅਤੇ ਨੂੰਹ ਵੀ ਤਾਂ ਉਹ ਹੀ ਚੰਗੀ ਲੱਗਣੀ ਹੈ ਨਾ, ਅਤੇ ਜਿਹਨਾਂ ਸਾਰਾ ਸਾਲ ਪੁੱਛਣਾ ਹੀ ਨਹੀਂ। ਇਹ ਗੱਲਾਂ ਤੇਰੇ ਮੈਂ ਤਰੋ ਦੀਵਾਰ 'ਤੇ ਲਿਖ ਜਾਵਾਂਗਾ, ਜੇ ਕੋਈ ਮੌਲਵੀ ਕਰ ਗਿਆ ਤਾਂ ਮੇਰੇ ਗਿਰੇ ਬਾਂਹ ਤੂੰ ਫੜ ਲਈ। ਬਾਬਾ ਉਹੀ ਚੰਗੇ ਲੱਗਦੇ ਨੇ। ਅਤੇ ਬਾਬਾ ਇਸੇ ਵਾਸਤੇ ਰੋਮੀਏ ਕਸ਼ਮੀਰ ਨੇ ਕਲਮ ਕਾ ਛੱਡੀ, ਤਕਰੀਰ ਮੁੱਕ ਗਈ, ਮੀਆਂ ਮੁਹੰਮਦ ਬਖਸ਼ ਰਹਿਮਤੁੱਲਾ ਅਲੈਹ ਨੇ ਕਲਮ ਉਠਾਈਏ, ਆ ਫਰਮਾਉਂਦੇ ਨੇ ਵੀਰ ਵੀਰਾਂ ਦੇ ਹੋਏ ਤਰੇ ਮਲਕ ਸਾਹਿਬ ਮੁੱਕ ਗਈ ਜੇ ਗੱਲ, ਇੱਧਰ ਜੁਮਲੇ ਸੁਣਿਆ ਰੇ, ਵੀਰ ਵੀਰਾਂ ਦੇ ਹੋਏ ਦੁਨੀ ਚੰਦ ਦੀ, ਉਹ ਮਲਕ ਹੋਏ ਅੱਲਾ ਦੀ ਕਸਮ ਉਠਾ ਕੇ ਆਣਾ, ਹੋਏ ਵੀਰ ਵੀਰਾਂ ਦੇ
ਹੈਦਰ ਦੀਹਾਂ ਦੇ ਵੀਰ ਵੀਰਾਂ ਦੀਆਂ ਆਏ ਹਾਏ ਵੀਰ ਵੀਰਾਂ ਦੀਆਂ ਪਾਵਾਂ ਹੈ ਪਾਪ ਸਿਰਾਂ ਦੇ ਹੈ ਤਾਜ ਮੁਹੰਮਦ ਇੱਧਰ ਵੇਖਿਓ ਮੁੱਕ ਗਈ ਜੇ ਹੈ ਪਾਪ ਸਿਰਾਂ ਦੇ ਹੈ ਮਲਕ ਸਾਹਿਬ ਪਾਪ ਸਿਰਾਂ ਦੇ ਹੈ ਤਾਜ ਮੁਹੰਮਦ ਅੱਜ ਸਾਰਾ ਦੁਨੀ ਚਾਹੁੰਦੀ ਆਇਆ ਪਾਪ ਸਿਰਾਂ ਦੇ ਹੈ ਤਾਜ ਮੁਹੰਮਦ ਹੈ ਮਾਵਾਂ ਠੰਡੀਆਂ ਛਾਵਾਂ ਤੇ ਲੈ ਓ ਯਾਰ ਲਓ ਜੀ ਮਲਕ ਮਨਜ਼ੂਰ ਹੁਸੈਨ ਦੇ ਉਹ ਲਵਾਹੇ ਗੀਣ ਹੈ ਲੈ ਓ ਯਾਰ ਹਵਾ ਅੱਜ ਮਲਕ ਮਨਜ਼ੂਰ ਦੇ ਯਾਰ ਵੀ ਬੈਠੇ ਹੋਣੇ ਨੇ ਅੱਜ ਉਹ ਬਾਬੇ ਵੀ ਆਏ ਹੋਣੇ ਨੇ ਜਿਹੜੇ ਬਾਬੇ ਦੇ ਕੋਲ ਬਹਿੰਦੇ ਰਹੇ ਨੇ ਲੈ ਓ ਯਾਰ ਹਵਾ ਲੈ ਰੱਬ ਦੇ ਤੇ ਮੇਲੇ ਜੇ ਚਾਰ ਦਿਨਾਂ ਦੇ ਉਸ ਦਿਨ ਈਦ ਆਏ ਹਾਏ ਉਸ ਦਿਨ ਈਦ ਮੁਬਾਰਕੀ ਹੋ ਸੀ ਕਿ ਜਿਸ ਦਿਨ ਫੇਰ ਮਿਲਾਂਗੇ ਉਸ ਦਿਨ ਈਦ ਮੁਬਾਰਕੀ ਹੋ ਸੀ ਕਿ ਜਿਸ ਦਿਨ ਫੇਰ ਮਿਲਾਂਗੇ ਅੱਲਾ ਬਾਦ ਮੇਰਾ ਪੜ੍ਹਨਾ ਤੁਹਾਡਾ ਸੁਣਨਾ ਕਬੂਲ ਫਰਮਾਏ ਇਹ 20-30 ਸੈਕਿੰਡ ਦੇ ਅੰਦਰ ਜਿਹੜਾ ਮਸਲਾ ਕਾਰੀ ਸਾਹਿਬ ਨੇ ਪੁੱਛਿਆ ਬੜਾ ਜ਼ਰੂਰੀ ਜੇ ਕਰ ਛੱਡੀਏ ਬਿਆਨ ਬੜਾ ਜ਼ਰੂਰੀ ਜੇ ਇੱਧਰ ਵੇਖਿਓ ਜੀ ਕਾਰੀ ਸਾਹਿਬ ਕਹਿ ਰਹੇ ਨੇ ਕਿ ਜਨਾਜ਼ੇ ਦੇ ਅੰਦਰ ਮਸਲੇ ਤਾਂ ਜ਼ਿਆਦਾ ਇਹਨਾਂ ਪੁੱਛੇ ਨੇ ਫਿਰ ਇਨਸ਼ਾਅੱਲਾ ਜ਼ਿੰਦਗੀ ਰਹੀ ਤਾਂ ਫਿਰ ਤਫਸੀਲਨ ਬਿਆਨ ਕਰਾਂਗੇ ਇੱਕ ਮਸਲਾ ਸਿਰਫ ਕਿ ਜਨਾਜ਼ੇ ਦੇ ਵਿੱਚ ਜਦੋਂ ਸਲਾਮ ਫੇਰਿਆ ਜਾਂਦਾ ਹੈ ਬੜਾ ਜ਼ਰੂਰੀ ਮਸਲਾ ਜੀ ਇਹ ਤਕਰੀਰ ਤੋਂ ਵੀ ਵੱਡੀ ਚੀਜ਼ ਹੈ ਹੁਣ ਮੈਂ ਬਿਆਨ ਕਰਨ ਲੱਗਾ ਅਸਲ ਮਕਸਦ ਜਨਾਜ਼ੇ ਦੇ ਵਿੱਚ ਜਦੋਂ ਇਮਾਮ ਸਲਾਮ ਫੇਰਦਾ ਨਾ ਅਸਲਾਮੁ ਅਲੈਕੁਮ ਵਰਹਿਮਤੁਲਾ ਅਸਲਾਮੁ ਅਲੈਕੁਮ ਹੱਥ ਕਦੋਂ ਖੋਲਣੇ ਨੇ ਠੀਕ ਹੈ ਮਸਲਾ ਜਦੋਂ ਸਲਾਮ ਫੇਰਨਾ ਹੈ ਉਦੋਂ ਹੱਥ ਕਿਸ ਮੁਕਾਮ 'ਤੇ ਖੋਲਣੇ ਨੇ ਕਦੋਂ ਹੱਥ ਖੋਲਣੇ ਨੇ ਕਿਆ ਸਲਾਮ ਫੇਰਨ ਤੋਂ ਪਹਿਲਾਂ ਹੱਥ ਖੋਲੀਦੇ ਨੇ ਜਾਂ ਇੱਕ ਸਲਾਮ ਫੇਰ ਕੇ ਹੱਥ ਖੋਲਣੇ ਨੇ ਜਾਂ ਦੋ ਵੀ ਸਲਾਮ ਫੇਰ ਕੇ ਹੱਥ ਖੋਲਣੇ ਨੇ ਇਹ ਮਸਲਾ ਸੁਣ ਲਵੋ ਅਤੇ ਬੜਾ ਜ਼ਰੂਰੀ ਜੇ ਇਹ ਵੀ ਤਵੱਜੋ ਫਰਮਾਓ ਗੱਲ ਬੜੀ ਵੱਡੀ ਜੇ ਬਾਬਾ ਜੀ ਦੋ ਸੂਰਤਾਂ ਨੇ ਇਹਦੇ ਵਿੱਚ ਦੋ ਸੂਰਤਾਂ ਨੇ ਅਤੇ ਦੋ ਵੀ ਜਾਇਜ਼ ਨੇ ਫੁਕਾਹਾ ਨੇ ਅਲ ਹਦਾਇਆ ਦੇ ਅੰਦਰ ਵੀ ਮੌਜੂਦ ਹੈ ਦੋ ਵੀ ਸੂਰਤਾਂ ਜਾਇਜ਼ ਨੇ ਪਹਿਲੀ ਸੂਰਤ ਇਹ ਵੇ ਕਿ ਜਦੋਂ ਤੁਸੀਂ ਕਹਿਣਾ ਨਾ ਅਸਲਾਮੁ ਅਲੈਕੁਮ ਰਹਿਮਤੁਲਾ ਸੱਜੇ ਪਾਸੇ ਤੁਸੀਂ ਹੱਥ ਖੋਲ ਛੱਡੋ ਇੱਧਰ ਤਵੱਜੋ ਜੇ ਕਿਸੇ ਨੂੰ ਇਤਰਾਜ਼ ਹੋਇਆ ਮੈਂ ਉਹਦਾ ਜਵਾਬ ਹੀ ਦੇਵਾਂਗਾ ਇੱਥੇ ਦੇਵਾਂਗਾ ਇੰਝ ਨਹੀਂ ਜਾਵਾਂਗਾ ਭਾਵੇਂ ਘੰਟਾ ਹੀ ਲੱਗ ਜੇ ਜੇ ਕਿਸੇ ਨੂੰ ਇਤਰਾਜ਼ ਹੋਇਆ ਮੈਂ ਇੱਥੇ ਜਵਾਬ ਤਫਸੀਲਨ ਦੇਣ ਫਿਰ ਤਫਸੀਲ ਗੱਲ ਕਰਾਂਗਾ ਇੱਧਰ ਤਵੱਜੋ ਪਹਿਲੀ ਸੂਰਤ ਇਹ ਵੇ ਕਿ ਜਦੋਂ ਤੁਸੀਂ ਦਾਏ ਪਾਸੇ ਸਲਾਮ ਫੇਰਿਆ ਨਾ ਤੁਸੀਂ ਹੱਥ ਖੋਲ ਦੇਵੋ ਅਗਰ ਕਿਸੇ ਬੰਦੇ ਨੇ ਹੱਥ ਨਹੀਂ ਖੋਲੇ ਦੋਵਾਂ ਪਾਸੇ ਸਲਾਮ ਫੇਰ ਕੇ ਵੀ ਤੁਸੀਂ ਹੱਥ ਖੋਲ ਸਕਦੇ ਸਮਝ ਨਹੀਂ ਆਈ ਆ ਗਈ ਇੱਧਰ ਵੇਖੋ ਕਈ ਬੰਦੇ ਆਖਣਗੇ ਜੀ ਇੱਕ ਪਾਸੇ ਤਾਂ ਸਲਾਮ ਫੇਰਿਆ ਨਹੀਂ ਅਤੇ ਇੱਕ ਪਾਸੇ ਸਲਾਮ ਫੇਰਿਆ ਅਤੇ ਕਿਵੇਂ ਇੱਧਰ ਤਵੱਜੋ ਕਰੋ ਫੁਕਾਹਾ ਫਰਮਾਉਂਦੇ ਨੇ ਕਿ ਜਦੋਂ ਤੁਸੀਂ ਇੱਕ ਪਾਸੇ ਸਲਾਮ ਫੇਰਿਆ ਨਾ ਇੱਧਰ ਵੇਖਿਓ ਅਸਲਾਮੁ ਅਲੈਕੁਮ ਰਹਿਮਤੁਲਾ ਤੁਸੀਂ ਨਮਾਜ਼ ਤੋਂ ਬਾਹਰ ਹੋ ਗਏ ਹੋ
ਤੁਸੀਂ ਜਦੋਂ ਇੱਕ ਪਾਸੇ ਸਲਾਮ ਫੇਰ ਲਿਆ ਨਾ ਜੀ, ਅਸਲਾਮ ਵਾਲੇਕੁਮ ਰਹਿਮਤੁਲਾ, ਤੁਸੀਂ ਨਮਾਜ਼ ਤੋਂ ਬਾਹਰ ਹੋ ਗਏ ਹੋ, ਤੁਹਾਡੀ ਨਮਾਜ਼ ਮੁਕੰਮਲ ਹੋ ਗਈ ਹੈ, ਤੁਹਾਡੀ ਨਮਾਜ਼ ਖਤਮ ਹੋ ਗਈ ਹੈ, ਤੁਸੀਂ ਅਗਰ ਚਾਹੁੰਦੇ ਹੋ ਤਾਂ ਉਸ ਵੇਲੇ ਵੀ ਹੱਥ ਖੋਲ ਛੱਡੋ ਤੇ ਤੁਹਾਡੇ ਤੇ ਗੁਨਾਹ। ਇਹ ਐਡਾ ਕੋਈ ਫਰਜ਼ ਵਾਜਿਬ ਵਾਲਾ ਕੰਮ ਨਹੀਂ ਵੀ ਫਰਜ਼ ਹੈ ਅਸੀਂ ਤੁਸੀਂ ਹੱਥ ਖੋਲਣੇ ਨਹੀਂ ਜਾਂ ਵਾਜਿਬ ਹੈ, ਇਹ ਕੋਈ ਫਰਜ਼ ਵਾਜਿਬ ਵਾਲਾ ਕੰਮ ਨਹੀਂ, ਮੁਸਤਹਬ ਹੈ। ਤੇ ਮੁਸਤਹਬ ਉਹਨੂੰ ਕਹਿੰਦੇ ਨੇ ਵੀ ਜਦੋਂ ਮਰਜ਼ੀ ਕਰ ਲਵੋ ਗੁਨਾਹ। ਇੱਧਰ ਵੇਖੋ, ਪਹਿਲਾ ਸਲਾਮ ਫੇਰ ਕੇ ਵੀ ਹੱਥ ਖੋਲ ਸਕਦੇ ਹੋ ਤੁਸੀਂ, ਦੋਵੀਂ ਸਲਾਮ ਫੇਰ ਕੇ ਵੀ ਤੁਸੀਂ ਹੱਥ ਖੋਲ ਸਕਦੇ ਹੋ। ਇੱਧਰ ਤਵੱਜੋ ਕਰੋ, ਨਮਾਜ਼ ਇੱਧਰ ਵੇਖੋ, ਜਦੋਂ ਬੰਦਾ ਇੱਕ ਵਾਰੀ ਕਹਿੰਦਾ ਨਾ ਅਸਲਾਮੁ ਅਲੈਕੁਮ ਰਹਿਮਤੁਲਾ, ਇੱਧਰ ਅਸਲਾਮ ਫੇਰਨਾ ਸੁੰਨਤ ਹੈ, ਅਸਲਾਮੁ ਅਲੈਕੁਮ ਰਹਿਮਤੁਲਾ। ਇਹਦਾ ਇੱਕ ਹੋਰ ਮਸਲਾ, ਫਿਰ ਮਸਲੇ ਬੜੇ ਨਿਕਲ ਜਾਂਦੇ ਨੇ। ਅਗਰ ਤੁਸੀਂ ਅੱਤਾ ਹੀ ਆਚ ਬੈਠੇ ਹੋ ਨਾ ਬਾਬਾ ਜੀ, ਅੱਤਾ ਹੀ ਆ ਤੁਸੀਂ ਪੜ੍ਹ ਲਈਏ, ਤੁਸੀਂ ਜਾਣ ਬੁੱਝ ਕੇ ਆਪਣਾ ਵੁਜ਼ੂ ਤਰੋੜ ਲਿਆ ਨਾ ਨਮਾਜ਼ ਵਿੱਚ, ਤੇ ਤੁਹਾਨੂੰ ਸਲਾਮ ਫੇਰਨ ਦੀ ਲੋੜ ਨਹੀਂ, ਤੁਹਾਡੀ ਨਮਾਜ਼ ਖਤਮ ਹੋ ਗਈ, ਤੁਹਾਡੀ ਨਮਾਜ਼ ਮੁਕੰਮਲ ਹੋ ਗਈ ਹੈ। ਇੱਧਰ ਡੂੰਘੇ ਮਸਲੇ ਨੇ, ਤਾਂ ਵਾਸਤੇ ਮੈਂ ਮਸਲਿਆਂ ਤੋਂ ਮਸਲੇ ਛੇੜਨ ਨਾ, ਫਿਰ ਟਾਈਮ ਬੜਾ ਲੱਗਦਾ। ਇਹ ਕਦੂਰੀ ਸ਼ਰੀਫ ਤੁਸੀਂ ਪੜ੍ਹੋ ਜਨਾਬ, ਨੂਰੁਲ ਇਜ਼ਾਬ ਪੜ੍ਹੋ, ਕਦੂਰੀ ਸ਼ਰੀਫ ਫੁਕਹਾ ਪੜ੍ਹੋ ਤਾਂ ਫਿਰ ਪਤਾ ਲੱਗਦਾ। ਜਾਣ ਬੁੱਝ ਕੇ ਅਗਰ ਬੰਦੇ ਨੇ ਗੈਸ ਖਾਰਜ ਕੀਤੀ ਹੈ, ਆਖਰੀ ਰਕਤ ਵਿੱਚ ਬੈਠਾ, ਅੱਧਾ ਯਾ ਤਾਂ ਉਹਨੇ ਪੜ੍ਹ ਲਈਏ, ਸਲਾਮ ਤਾਂ ਉਹਨੇ ਫੇਰਿਆ ਕੋਈ ਨਹੀਂ, ਹੁਣ ਉਹਦੀ ਨਮਾਜ਼ ਮੁੱਕ ਗਈ ਹੈ, ਉੱਠ ਜਾਏ ਨਮਾਜ਼ ਉਹਦੀ ਪੂਰੀ ਹੋ ਗਈ ਹੈ, ਸਲਾਮ ਤਾਂ ਉਹਨੇ ਫੇਰਿਆ ਕੋਈ ਨਹੀਂ। ਜੇ ਸਲਾਮ ਵਾਜਿਬ ਹੁੰਦਾ, ਜੇ ਸਲਾਮ ਫਰਜ਼ ਹੁੰਦਾ ਤਾਂ ਫਿਰ ਉਹਦੀ ਨਮਾਜ਼ ਰਹਿਣੀ ਨਹੀਂ ਸੀ। ਇਹ ਕਿਸੇ ਹੋਰ ਨੂੰ ਵੀ ਪੁੱਛ ਲਿਓ ਜੇ ਮੇਰੇ ਤੇ ਯਕੀਨ ਨਾ ਆਇਆ ਤੇ, ਕਿਉਂਕਿ ਪਹਿਲੀ ਵਾਰੀ ਜਦੋਂ ਬੰਦਾ ਗੱਲ ਸੁਣਦਾ ਪਰੇਸ਼ਾਨ ਹੋ ਜਾਂਦਾ ਵੀ ਯਾਰ ਅਸਾਂ ਤਾਂ ਕਦੀ ਸੁਣੀ ਨਹੀਂ ਸੀ ਤੇ ਇਹ ਗੱਲ ਸੁਣੀ। ਇਸ ਵਾਸਤੇ ਇਹ ਮਸਲਾ ਵੇ ਸਲਾਮ ਤੁਸੀਂ ਅਸਲਾਮ ਵਾਲੇਕੁਮ ਕਹਿ ਕੇ ਹੱਥ ਛੱਡ ਦਿਓ, ਤੁਹਾਡੇ 'ਤੇ ਕੋਈ ਗੁਨਾਹ ਨਹੀਂ, ਕੋਈ ਐਡੀ ਸ਼ਿੱਦਤ ਵਾਲਾ ਮਸਲਾ ਨਹੀਂ, ਸਖਤੀ ਵਾਲਾ ਮਸਲਾ ਨਹੀਂ, ਜਿਵੇਂ ਹੱਥ ਕਿਦੋਂ ਖੋਲਣੇ ਨੇ, ਦੋ ਵੀ ਸਲਾਮ ਫੇਰ ਕੇ ਵੀ ਤੁਸੀਂ ਹੱਥ ਖੋਲ ਸਕਦੇ ਹੋ। ਅੱਲਾਹ ਮੇਰਾ ਪੜ੍ਹਨਾ ਤੁਹਾਡਾ ਸੁਣਨਾ ਕਬੂਲ ਫਰਮਾਏ। ਮਸਲੇ ਬੜੇ ਨੇ, ਫਿਰ ਦੇਰ ਬੜੀ ਹੋ ਜਾਂਦੀ, ਨਮਾਜ਼ ਦਾ ਟਾਈਮ ਹੈ। ਅੱਲਾਹ ਪਾਕ ਮੇਰਾ ਪੜ੍ਹਨਾ ਤੁਹਾਡਾ ਸੁਣਨਾ ਕਬੂਲ ਫਰਮਾਏ। ਅੱਲਾਹ ਮਲਕ ਬਰਾਦਰਾਂ ਦੇ ਵਾਲਾ ਸਾਹਿਬ ਦੀ ਕਾਮਲ ਬਖਸ਼ਿਸ਼ ਹੋ, ਮਗਫਰਤ ਫਰਮਾਏ। ਜੇ ਮੇਰੇ ਕੋਲ ਕੋਈ ਕਮੀ ਬੇਸ਼ੀ ਰਹਿ ਗਈ ਤਾਂ ਅੱਲਾਹ ਉਸਨੂੰ ਮਾਫ਼ ਫਰਮਾਏ। ਜ਼ਿੰਦਗੀ ਰਹੀ ਤਾਂ ਮਲਕ ਸਾਹਿਬ ਫਿਰ ਮਿਲਾਂਗੇ। ਅੱਲਾਹ ਦੇ ਵਾਲੇ, ਅਸਲਾਮ ਵਾਲੇਕੁਮ ਰਹਿਮਤੁਲ੍ਲਾਹ। ربنا ظلمنا انفسنا وان لم تغفر لنا وترحمنا لنكونن من الخاسرين۔ اے میرے کریم اللہ، جو کچھ پڑھایا گیا، جو کچھ پڑھایا گیا، خرچ کیتا گیا، اپنی پاک بارگاہ دے اندر قبول فرمائیں۔ میرے اللہ ملک برادران نے اپنے ابو جان واسطے، والد صاحب واسطے جنی پڑھائی کیتی، کروائی، خرچ کیتا، میرے اللہ تمام اپنی پاک بارگاہ دے اندر قبول فرمائیں۔ اس دا ثواب نبی کریم صلی اللہ علیہ وسلم دی پاک بارگاہ دے اندر پیش کیتا، میرے اللہ قبول فرمائیں۔ نبی پاک دے والدین، صحابہ کرام، ازواج مطہرات، آل نبی، تمام دی پاک بارگاہ دے اندر درجہ بدرجہ پیش کیتا، میرے اللہ قبول فرمائیں۔ میرے اللہ بالخصوص 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 ملک منظور حسین مرحوم، انہاں دی روح نوں ساری محفل دا ثواب پیش کرنے قبول فرما۔ نبی پاک دے وسیلے نال، حسنین پاک دے وسیلے نال انہاں دی قبر نوں جنت دے باغاں وچوں باغ بنائیں، قبر دے اندر راحت و سکون عطا فرمائیں۔ میرے اللہ دنیا چاند دے قبرستان اندر جنے وڈے چھوٹے دفن ہو چکے نے، میرے اللہ سارے دی کامل بخشش و مغفرت فرمائیں، سب تے اپنا کرم فرمائیں، سب تے اپنی مہربانیاں فرمائیں۔ میرے اللہ سی جنے بیٹھے ہیں ساڈے تے کرم فرمائیں، پنج وقت دا نمازی بنائیں، قرآن پڑھنے دی توفیق عطا فرمائیں، دین نو سمجھ کے، دین نو پڑھ کے سمجھ کے تے اودے تے عمل کرنے دی توفیق عطا فرمائیں۔ میرے اللہ انہاں بھائیاں نو صبر جمیل عطا فرمائیں، گھر والیاں نو، برادری والیاں نو، پنڈ والیاں نو صبر جمیل عطا فرمائیں۔ اے جنے لوگ آئے نے تیری رضا واسطے آئے نے، مخلص ہو کے آئے نے، جنہاں جنہاں دے والدین چلے گئے انہاں دی بخشش فرمائیں، جنہاں دے زندہ نے انہاں نو حیاتی عطا فرمائیں۔ عدل کریں تے تھر تھر کمبن اچھی شان والے، فضل کریں تے بخشے جامن، اے گل جیسے فضل کریں تے بخشے جامن، فضل کریں تے بخشے جامن۔ میں ورگے موقع لے، میاں صاحب نے بابا جی گل ہی مکا چھڑی، حضور میاں صاحب آندے نے جے میں ویکھاں
ਜੇ ਮੈਂ ਵੇਖਾਂ ਰਹਿਮਤ ਤੇਰੀ ਤੇ ਮੌਲਾ ਬੱਲੇ ਬੱਲੇ ਸੱਲਾ ਤਾਲਾ ਅਲਾ ਰਸੂਲੀ ਖੈਰੀ ਹਲਕੀ ਮੁਹੰਮਦ ਵਾਲਾ ਆਲਿਹੀ ਵਸਹਾਬੀ ਅਜਮਾਈਨ।